हाँ जी, सत श्री अकाल। उम्मीद है सारे ठीक ठाक होवोंगे। लगातार आपां कंप्यूटर दे पुराने क्वेश्चन ने जिहड़े ओह डिस्कस कर रहे हां। बहुत ही ज्यादा इंपॉर्टेंट टॉपिक्स अपने चल रहे ने, जिहड़े कि थोड़े जिहे ज्यादा लैवल दे पेपर हुंदे ने, जिवें सब इंस्पैक्टर दा पेपर है, इंटैलीजेंस दा है, हैड कॉन्सटेबल दा है, उहनां वास्ते इह सवाल जिहड़े पुछे जांदे ने, है ना। सो उसे लड़ी दे विच अज आपां देखांगे 14वां चैप्टर सेलुलर नेटवर्क, जिहदे विच मीडियम लैवल दे आपां सवाल डिस्कस करांगे। उहदे चों देखदे हां, पहला सवाल जिवें हैगा, विच ऑफ द फॉलोइंग स्टेटमेंट इज आर नॉट करैक्ट। नॉट करैक्ट जिहड़ियां ठीक नहीं हैगियां, जिहदी थां ते आपां कह सकदे हां विच ऑफ द फॉलोइंग स्टेटमेंट्स इज आर फॉल्स, किहड़ियां इहनां दे विचों फॉल्स ने। तां पहली स्टेटमेंट है, फुल फॉर्म ऑफ PUK कोड इज पर्सनल अनब्लॉकिंग की। दूसरा है, पक कोड कंसिस्ट ऑफ 8 डिजिट्स। ठीक है, सो पहला आपां सारे कोड पढ़ते हैं मोबाइल दे विच, किहड़े किहड़े कोड हुंदे ने, फिर ही इह सवाल आपां नूं सॉल्व करन दे आपां योग होवांगे। आंसर डायरेक्टली आपां जांदे नहीं। बहुत सारे मोबाइल दे विच कोड पुछे जांदे ने, जिवें अपने कोले हैगा पिन। पिन हुंदा परसनल आइडेंटिफिकेशन नंबर। दूसरा PUK, परसनल अनब्लॉकिंग की, जे इत्थे PUC भी हुंदा फिर इत्थे की दी थां ते की हो जांदा, कोड हो जांदा। अगला हैगा IMEI नंबर, इंटरनेशनल मोबाइल इक्विपमेंट आइडेंटिटी। ठीक है, अगला है IMSI, इंटरनेशनल मोबाइल सबसक्राइबर आइडेंटिटी। इहदे नाल लगदे इस तो पहलां वाली वीडियो दे विच आपां पढ़ चुके हैं, सवाल आए सी, सिम हुंदा है सबसक्राइबर आइडेंटिटी जां आइडेंटिफिकेशन मॉड्यूल। फिर पुछ लैंदा हो SMS, SMS शॉर्ट मैसेजिंग सर्विसिज, ते जां हो सकदा इक MMS मल्टी मीडिया सर्विसिज। ये सारियां एब्रीवेशन वह पूछ सकता। ठीक है, अगला ICCID, इंटीग्रेटेड सर्किट कार्ड आइडेंटीफायर, ये भी पूछ सकता। अगे हैगा मोबाइल कंट्री, कंट्री नहीं कंट्री, MCC हुंदा मोबाइल कंट्री कोड। नैक्सट आ गया MNC, मोबाइल नैटवर्क कोड। ये क्लास के स्टूडेंट ने मैनू पूछया सीगा, मैं उदों उस टाइम पर ICCID बारे अनअवेयर सी, तुसीं हुण ये नोट कर लियो, है ना। ਸੋ ICCID ਹੁੰਦਾ ਇੰਟੀਗ੍ਰੇਟਿਡ ਸਰਕਟ ਕਾਰਡ ਆਇਡੈਂਟੀਫਾਇਰ। ਪਹਿਲਾ ਤਾਂ ਵੀ ਇਹਨਾਂ ਦੇ ਵਿੱਚੋਂ ਐਬਰੀਵੇਸ਼ਨ ਪੁੱਛ ਸਕਦਾ, ਹੈ ਨਾ। ਦੂਜਾ ਇਹਦੇ ਵਿੱਚੋਂ ਡਿਟੇਲ ਦੇ ਵਿੱਚ ਜਾ ਕੇ, ਜਿਵੇਂ ਆਪਾਂ ਨੂੰ ਪਿਛਲੇ ਸਵਾਲ ਦੇ ਵਿੱਚ ਉਹਨੇ ਪੁੱਛਿਆ ਵੀ ਇਹਦੀ ਲੈਂਥ ਕੀ ਹੈ, ਇਹਦੀ ਐਬਰੀਵੇਸ਼ਨ ਕੀ, ਆਪਾਂ ਦੇਖਦੇ ਹਾਂ ਗੱਲਾਂ ਗੱਲਾਂ। ਸਭ ਤੋਂ ਪਹਿਲਾਂ ਪਿੰਨ ਤੇ ਪੱਕ ਦੀ ਗੱਲ ਕਰਾਂਗੇ। ਪਿੰਨ ਤੇ ਪੱਕ ਨੇ, ਜਿਵੇਂ ਆਪਾਂ ਐਬਰੀਵੇਸ਼ਨਾਂ ਪੜ੍ਹ ਹੀ ਲਈਆਂ, ਦੋਨੋਂ ਪਿੰਨ ਤੇ ਪੱਕ ਨੇ ਜਿਹੜੇ ਸਿਕਿਉਰਿਟੀ ਫੀਚਰ ਪ੍ਰੋਵਾਈਡ ਕਰਦੇ ਨੇ। PUC ਜਾਂ PUK ਸਿਕਿਉਰਿਟੀ ਫੀਚਰ ਦਿੰਦੇ ਨੇ, ਕਾਹਦੇ ਵਿੱਚ, ਵਿਦ ਸਿਮ ਕਾਰਡ ਇਨ ਮੋਬਾਈਲ ਫੋਨ। ਤਾਂ ਆਪਾਂ ਕਹਿ ਸਕਦੇ ਹਾਂ ਪਿੰਨ ਤੇ ਪੱਕ ਕੋਡ ਨੇ ਜਿਹੜੇ ਕਾਹਦੇ ਨਾਲ ਰਿਲੇਟਡ ਨੇ, ਕਿ ਇਹ ਫੋਨ ਦੇ ਨਾਲ ਰਿਲੇਟਡ ਨੇ, ਕਿ ਇਹ ਸਿਮ ਕਾਰਡ ਦੇ ਨਾਲ ਰਿਲੇਟਡ ਨੇ। ਤਾਂ ਇਹ ਤੁਸੀਂ ਗੱਲ ਯਾਦ ਰੱਖਣੀ ਹੈ, ਇਹ ਸਿਮ ਕਾਰਡ ਦੇ ਨਾਲ ਰਿਲੇਟਡ ਹੁੰਦੇ ਨੇ। ਜਿਵੇਂ ਆਪਾਂ ਪਿਛਲੇ ਪਾਰਟ ਦੇ ਵਿੱਚ ਗੱਲ ਕੀਤੀ ਸੀ ਵੀ ਇਹ ਸਾਡੇ ਕੋਲ ਇੱਕ ਮੋਬਾਈਲ ਹੈ, ਮੋਬਾਈਲ ਆਪਾਂ ਇਹਨੂੰ ਬੋਲ ਦਿੰਦੇ ਹਾਂ, ਇੱਥੇ ਜਾ ਕੇ ਸਿਮ ਪੈਂਦਾ, ਕਈਆਂ ਦੇ ਚਲੋ ਥੱਲੇ ਪੈਂਦਾ, ਆਪਾਂ ਇੱਥੇ ਦੋ ਟਰੇਆਂ ਜੀਆਂ ਬਣਾ ਲੈਂਦੇ ਹਾਂ, S1 ਹੈ ਤੇ S2 ਹੈ, ਹੈ ਨਾ। ਸੋ ਆਹ ਮੋਬਾਈਲ ਫੋਨ ਹੈ, ਇਹਦਾ ਆਪਣਾ ਸਿਕਿਉਰਿਟੀ ਪਾਸਵਰਡ ਹੋ ਸਕਦਾ ਹੈ, ਚਾਹੇ ਪੈਟਰਨ ਲੌਕ ਹੋ ਸਕਦਾ ਹੈ, ਫਿੰਗਰਪ੍ਰਿੰਟ ਹੋ ਸਕਦਾ, ਫੇਸ ID ਹੋ ਸਕਦੀ ਹੈ। ਤੇ ਜ਼ਰੂਰੀ ਨਹੀਂ ਹੈਗਾ ਕਿ ਉਹ ਫੇਸ ID ਇਸ ਨੂੰ ਪ੍ਰੋਟੈਕਟ ਕਰੇ, ਸਿਮ ਕੱਢ ਕੇ ਬੰਦਾ ਹੋਰ 'ਚ ਵੀ ਪਾ ਸਕਦਾ। ਤਾਂ ਉਹ ਸਿਮ ਕਾਰਡ ਦੇ ਇੱਕ ਲੌਕ ਲੱਗਦਾ ਹੈ, ਜਿਹੜੇ ਲੌਕ ਨੂੰ ਅਸੀਂ ਪਿੰਨ ਬੋਲਦੇ ਹਾਂ। ਠੀਕ ਹੈ, ਸੋ ਇਹ ਪੜ੍ਹਦੇ ਹਾਂ ਆਪਾਂ, ਸਿਮ ਕਾਰਡ ਤੇ PUK ਕੋਡ ਹੁੰਦਾ। ਪਿੰਨ ਜਿਹੜਾ ਹੁੰਦਾ ਹੈ, ਪਿੰਨ ਇਜ਼ ਏ ਨੁਮੈਰਿਕ ਕੋਡ ਦੈਟ ਇਜ਼ ਸੈੱਟ ਬਾਈ ਦੀ ਮੋਬਾਈਲ ਫੋਨ ਯੂਜ਼ਰ, ਜਿਹੜਾ ਮੋਬਾਈਲ ਫੋਨ ਯੂਜ਼ਰ ਹੁੰਦਾ ਉਹਦੇ ਦੁਆਰਾ ਸੈੱਟ ਕੀਤਾ ਜਾਂਦਾ ਹੈ, ਟੂ ਸਿਕਿਓਰ ਦੀ ਸਿਮ ਕਾਰਡ, ਸਿਮ ਕਾਰਡ ਨੂੰ ਸਿਕਿਓਰ ਕਰਨ ਦੇ ਲਈ ਇਹ ਵਰਤਿਆ ਜਾਂਦਾ। ਅਗਲਾ ਹੁੰਦਾ, ਅਗਲਾ ਸਵਾਲ ਕੁਐਸਚਨ ਕਹਿ ਰਿਹਾ, ਸਟੇਟਮੈਂਟ ਹੈ ਵੈਨ ਫੋਨ ਇਜ਼ ਪਾਵਰਡ ਔਨ, ਕਈ ਵਾਰੀ ਅਸੀਂ ਸਵਿੱਚ ਆਫ ਕਰਕੇ ਪਾਵਰ ਔਨ ਕਰਦੇ ਹਾਂ, ਜਾਂ ਸਿਮ ਕੱਢ ਕੇ ਕਿਸੇ ਹੋਰ ਫੋਨ 'ਚ ਪਾਉਂਦੇ ਹਾਂ, ਤਾਂ ਉਹ ਪ੍ਰੋਮਟ ਕਰ ਦਿੰਦਾ। ਪ੍ਰੋਮਟ ਕਰਨਾ ਹੁੰਦਾ ਮੂਹਰੇ ਲੈ ਕੇ ਆਉਣਾ, ਪ੍ਰੋਮਟ ਟੂ ਐਂਟਰ ਦਾ ਪਿੰਨ, ਉਹ ਕਹਿੰਦਾ ਵੀ ਪਿੰਨ ਐਂਟਰ ਕਰੋ, ਹੈ ਨਾ। ਪਿੰਨ ਇਜ਼ ਯੂਜ਼ ਟੂ ਅਥੈਂਟੀਕੇਟ ਐਂਡ ਪ੍ਰੋਟੈਕਟ ਦੀ ਸਿਮ ਕਾਰਡ ਫਰੋਮ ਅਨਔਥੋਰਾਈਜ਼ਡ ਐਕਸੈਸ। ਇਹ ਮੈਂ ਤੁਹਾਨੂੰ ਥਿਊਰੀ ਕਿਉਂ ਦੇ ਰਿਹਾ ਨਾਲ ਨਾਲ, ਕਿਉਂਕਿ ਮੈਂ ਪੰਜਾਬੀ 'ਚ ਤਾਂ ਤੁਹਾਨੂੰ ਗੱਲਾਂ ਬੋਲ ਕੇ ਸਮਝਾ ਦੂੰਗਾ, ਉੱਥੇ ਤਾਂ ਟੈਕਨੀਕਲੀ ਭਾਸ਼ਾ ਦੇ ਵਿੱਚ ਇਹੀ ਲਾਈਨਾਂ ਹੀ ਪਾਊਗਾ ਕਿ ਪਿੰਨ ਕਾਹਦੇ ਲਈ ਸਟੇਟਮੈਂਟ ਪਾਸਦਾ ਹੈ। ਸਟੇਟਮੈਂਟ 1, ਪਿੰਨ ਯੂਜ਼ ਟੂ ਅਥੈਂਟੀਕੇਟ ਐਂਡ ਪ੍ਰੋਟੈਕਟ ਦੀ ਸਿਮ ਕਾਰਡ ਫਰੋਮ ਅਨਔਥੋਰਾਈਜ਼ਡ ਐਕਸੈਸ, ਵੀ ਦੱਸੋ ਇਹ ਟਰੂ ਹੈ ਕਿ ਫਾਲਸ ਹੈ। ਤਾਂ ਫਿਰ ਇੱਥੇ ਇਹ ਜ਼ਰੂਰੀ ਹੈ ਤੁਹਾਨੂੰ ਸਟੇਟਮੈਂਟਾਂ ਪੜ੍ਹਨੀਆਂ, ਇੱਕ ਵਾਰੀ ਪੜ੍ਹ ਲਿਆ ਕਰੋ, ਲਿਖਣ ਲੁਖਣ ਦੀ ਵਾਲੀ ਲੋੜ ਨਹੀਂ, ਜਿਹੜੀਆਂ ਮੇਨ ਚੀਜ਼ਾਂ ਲਿਖਣ ਵਾਲੀਆਂ ਉਹ ਮੈਂ ਦੱਸ ਦੂੰਗਾ। ਪਿੰਨ ਇਹ ਯੂਜ਼ ਟੂ ਅਥੈਂਟੀਕੇਟ ਐਂਡ ਪ੍ਰੋਟੈਕਟ ਦੀ ਸਿਮ ਕਾਰਡ ਫਰੋਮ ਅਨਔਥੋਰਾਈਜ਼ਡ, ਅਨਔਥੋਰਾਈਜ਼ਡ ਬੰਦਾ ਇਹਨੂੰ ਐਕਸੈਸ ਨਹੀਂ ਕਰ ਸਕਦਾ ਸਿਮ ਨੂੰ, ਜਿਹਦੇ ਕੋਲ ਪਿੰਨ ਹੋਊ, ਜਿਹਦੇ ਕੋਲ ਅਥਾਰਟੀ ਹੋਊਗੀ, ਉਹੀ ਬੰਦਾ ਸਿਮ ਨੂੰ ਐਕਸੈਸ ਕਰ ਸਕਦਾ। ਅਗਲਾ,
ਕਹਿੰਦਾ ਟਿਪੀਕਲੀ ਪਿੰਨ ਕਨਸਿਸਟ ਆਫ 4 to 8 ਡਿਜਿਟ, 4 to 8 ਅੱਖਰਾਂ ਦਾ ਪਿੰਨ ਹੁੰਦਾ ਹੈ, ਯਾਦ ਰੱਖਣਾ ਬਹੁਤ ਜ਼ਿਆਦਾ ਇੰਪੋਰਟੈਂਟ ਡੇਟਾ, ਲਿਖਣਾ ਲਿਖ ਲਿਓ। ਐਂਡ ਇਟ ਨੀਡਸ ਟੂ ਬੀ ਐਂਟਰ ਕਰੈਕਟਲੀ ਟੂ ਐਕਸੈਸ ਦੀ ਮੋਬਾਈਲ ਨੈਟਵਰਕ ਐਂਡ ਯੂਜ਼ ਵੇਰੀਅਸ ਸਰਵਿਸਿਸ, ਤਾਂ ਇਹ ਸਹੀ ਭਰਨਾ ਜ਼ਰੂਰੀ ਹੈ। ਇਹ ਹੋ ਗਿਆ ਪਿੰਨ। ਅੱਗੇ ਆ ਗਿਆ PUK। PUK ਜਦੋਂ ਕਹਿੰਦਾ ਪਿੰਨ ਤੁਸੀਂ ਮਲਟੀਪਲ ਟਾਈਮ ਰੋਂਗ ਐਂਟਰ ਕਰ ਦਿੰਦੇ ਹੋ ਤਾਂ ਸਿਮ ਕੀ ਹੋ ਜਾਂਦਾ, ਬਲੌਕ ਹੋ ਜਾਂਦਾ। ਫਿਰ ਆਪਾਂ ਨੂੰ ਪਤਾ ਵੀ ਕਸਟਮਰ ਕੇਅਰ ਨੂੰ ਸਾਨੂੰ ਫੋਨ ਕਰਨਾ ਪੈਂਦਾ ਕਿ ਬਾਈ ਜੀ ਸਾਡਾ ਸੀ ਜਿਹੜਾ ਪੱਖ ਕੋਡ ਦੱਸ ਦਿਓ, ਕਿਉਂਕਿ ਉਹ 'ਤੇ ਲਿਖਿਆ ਆ ਜਾਂਦਾ ਵੀ ਕੰਟੈਕਟ ਯੂਅਰ ਕਸਟਮਰ ਕੇਅਰ ਟੂ ਗੈਟ ਯੂਅਰ PUK ਕੋਡ। ਤੁਹਾਨੂੰ ਯਾਦ ਹੋਣਾ ਵੀ ਮੈਨੂੰ ਤਾਂ ਮੇਰੇ ਨਾਲ ਹੋਇਆ, ਤੁਸੀਂ ਕਮੈਂਟ ਕਰਕੇ ਦੱਸੋ ਵੀ ਤੁਸੀਂ ਆਪਣੇ ਪੇਰੈਂਟਸ ਦਾ ਫੋਨ ਜਾਂ ਕਿਸੇ ਆਸੇ ਪਾਸੇ ਦੋਸਤਾਂ ਮਿੱਤਰਾਂ ਦਾ ਕਿਸੇ ਦਾ ਵੀ, ਜਦੋਂ ਆਪਾਂ ਛੋਟੇ ਹੁੰਦੇ ਸੀ ਕਿੰਨੇ ਕੁ ਵਾਰੀ ਤੁਸੀਂ ਪੱਕ ਕੋਡ ਲਗਾਇਆ ਗਾ, ਹੈ ਨਾ। ਸੋ ਮੇਰੇ ਨਾਲ ਬਹੁਤ ਹੋਇਆ ਵੀ ਪੰਗੇ ਪੁੰਗੇ ਲੈਂਦੇ ਸੀ, ਮੈਂ ਮੇਰੇ ਫਾਦਰ ਸਾਹਿਬ ਦੇ ਫੋਨ 'ਤੇ PUK ਲਗਾ ਦੇਣਾ। 1-2 ਵਾਰੀ ਤਾਂ ਮੈਨੂੰ ਇਹ ਹੋਇਆ ਵੀ ਮੈਨੂੰ ਕਿਹੜਾ ਉਦੋਂ ਕਸਟਮਰ ਕੇਅਰ ਨੂੰ ਫੋਨ ਕਰਨਾ ਆਉਂਦਾ ਸੀ, ਮੈਂ PUK ਪੱਕ ਜਾ ਜਿਹਨੂੰ ਮੰਗਣ ਲੱਗ ਗਿਆ, ਆਪਾਂ ਧਰਤਾ ਪਾਸੇ ਦੇ ਅਤੇ ਆਪਾਂ ਮੁੱਕਰੀ ਗਏ ਵੀ ਮੈਂ ਨਹੀਂ ਚੱਕਿਆ, ਕਿਉਂਕਿ ਮੈਂ ਉਹਦੇ ਸੱਪ ਵਾਲੀ ਗੇਮ ਸੀਗੀ, ਮੈਨੂੰ ਯਾਦ ਹੈ, ਅਤੇ ਉਹੀ ਗੇਮ ਖੇਡਦਾ 33-15 ਸੀਗਾ, ਹੈ ਨਾ। ਅਤੇ ਉਹ ਮੈਨੂੰ ਯਾਦ ਹੈ ਵੀ ਜਦੋਂ ਮੈਂ ਕਈ ਵਾਰੀ ਮੈਨੂੰ ਖੇਤੀ ਦਾ ਕਾਫੀ ਸ਼ੌਂਕ ਹੈ ਅਤੇ ਖੇਤ ਖੂਤ ਜਾਂਦੇ ਅਤੇ ਫਿਰ ਮੈਨੂੰ ਫਾਦਰ ਸਾਹਿਬ ਨੇ ਦੇ ਦੇਣਾ ਵੀ ਤੂੰ ਲੈ ਫੋਨ 'ਤੇ ਗੇਮ ਖੇਡ ਲਾ, ਅਤੇ ਮੈਨੂੰ ਇਹ ਵੀ ਯਾਦ ਆ ਵੀ ਜਦੋਂ ਹੁਣ ਆਪਾਂ ਗੇਮ ਖੇਡਦੇ ਹਾਂ ਉਦੋਂ ਫੋਨ ਉੱਤੇ ਬਟਨ ਆਪਾਂ ਜਲਦੀ ਜਲਦੀ ਦੱਬਣੇ ਹੁੰਦੇ ਨੇ, ਕਿਉਂਕਿ ਉਹ ਮੋੜਨਾ ਹੁੰਦਾ ਸੱਪ ਜਿਹਾ ਵੀ ਬੜਾ ਵੱਡਾ ਹੋ ਜਾਂਦਾ, ਹੈ ਨਾ। ਇੱਕ ਹੋਰ ਸੀਗੀ ਜਿਹੜੀ ਟਰੈਵਲ ਜੇ ਕਰਨ ਵਾਲੀ, ਉਹਦੇ ਵਿੱਚ ਬਹੁਤ ਜ਼ਿਆਦਾ ਬਟਨਾਂ ਦੀ ਸਪੀਡ ਕਰਨੀ ਪੈਂਦੀ ਸੀ, ਤਾਂ ਫਿਰ ਪੇਰੈਂਟਸ ਜਾਂ ਘਰ ਦੇ ਮੰਮੀ ਮੈਨੂੰ ਕਹਿੰਦਾ ਵੀ ਤੂੰ ਰੱਖ ਦੇ, ਕਿਉਂ ਬਟਨ ਇੰਨੀ ਛੇਤੀ ਕਿਉਂ ਆਪਦਾ ਖਰਾਬ ਕਰ ਦੇਗਾ। ਸੋ ਇਹ ਵਾਲੀਆਂ ਚੀਜ਼ਾਂ ਵੀ ਸਮਾਂ ਹੁੰਦਾ, ਉਹ ਚੀਜ਼ਾਂ ਦਾ ਦੇਖੋ, ਹੁਣ ਟੱਚ ਫੋਨ ਆ ਗਏ ਆਪਣੇ ਕੋਲ, ਉਹ ਬਟਨ ਬੁਟਨ ਕਿੱਧਰ ਹੀ ਗਏ, ਹੈ ਨਾ। ਸੋ ਕਮੈਂਟ ਕਰਕੇ ਦੱਸਿਓ ਜੇ ਤੁਹਾਡੇ ਨਾਲ ਵੀ ਤੁਸੀਂ ਵੀ ਪੱਕ ਕੋਡ ਲਗਾਇਆ, ਹੈ ਨਾ। ਸੋ ਇਹ ਆਪਾਂ ਤੁਹਾਨੂੰ ਦੱਸਿਆ ਵੀ ਇਨਕਰੈਕਟਲੀ ਜਦੋਂ ਭਰਦੇ ਹਾਂ ਫਿਰ ਉਹ ਪੱਕ ਮੰਗਦਾ। ਟੂ ਅਨਬਲੌਕ ਦੀ ਸਿਮ ਕਾਰਡ ਐਂਡ ਰੀਗੇਨ ਐਕਸੈਸ ਦੀ ਯੂਜ਼ਰ ਨੀਡ ਟੂ ਐਂਟਰ ਦੀ PUK। ਜੇ ਕਹਿੰਦਾ ਤੁਸੀਂ ਅਨਬਲੌਕ ਕਰਨਾ ਸਿਮ ਨੂੰ ਤਾਂ ਤੁਹਾਨੂੰ ਐਂਟਰ ਕਰਨਾ ਪੈਂਦਾ PUK। ਦਾ PUK ਕੋਡ ਇਜ਼ ਯੂਨੀਕ ਕੋਡ ਪ੍ਰੋਵਾਈਡਡ ਬਾਈ ਦੀ ਮੋਬਾਈਲ ਸਰਵਿਸ ਪ੍ਰੋਵਾਈਡਰ ਔਰ ਦਾ ਸਿਮ ਕਾਰਡ ਇਸ਼ੂਅਰ। ਜਿਹੜਾ ਸਿਮ ਕਾਰਡ ਇਸ਼ੂ ਕਰਦਾ ਜਾਂ ਤਾਂ ਸਾਨੂੰ ਉਹ ਦੇ ਦਿੰਦਾ, ਜਾਂ ਸਾਨੂੰ ਕੌਣ ਦੇ ਦਿੰਦਾ ਹੁੰਦਾ, ਜਿਹੜਾ ਪ੍ਰੋਵਾਈਡਰ ਹੁੰਦਾ ਗਾ, ਮੋਬਾਈਲ ਸਰਵਿਸ ਪ੍ਰੋਵਾਈਡਰ ਹੁੰਦਾ, ਠੀਕ ਹੈ, ਜਿਵੇਂ BSNL ਵਗੈਰਾ ਹੋ ਗਿਆ। ਇਟ ਇਜ਼ ਯੂਜ਼ ਟੂ ਅਨਲੌਕ ਦੀ ਸਿਮ ਕਾਰਡ ਐਂਡ ਰੀਸੈਟ ਦੀ ਪਿੰਨ। ਸਿਮ ਕਾਰਡ ਨੂੰ ਅਨਲੌਕ ਕਰ ਸਕਦੇ ਤੇ ਰੀਸੈਟ ਕਰ ਸਕਦੇ ਹੋ। PUK ਕੋਡ ਇਜ਼ ਟਿਪੀਕਲੀ ਲੌਂਗਰ ਦੈਨ ਪਿੰਨ ਐਂਡ ਕੈਨ ਰੇਂਜ। ਇਹ ਕਹਿੰਦਾ ਪਿੰਨ ਦੇ ਨਾਲੋਂ ਵੱਡਾ ਹੁੰਦਾ ਤੇ ਇਹਦੀ ਰੇਂਜ 8 to 12 ਡਿਜਿਟਸ ਦੀ ਹੁੰਦੀ ਹੈ। ਦੇਖੋ ਸਵਾਲ ਦੇ ਵਿੱਚ ਆਪਾਂ ਨੂੰ ਆਇਆ ਸੀਗਾ, ਸਵਾਲ ਇਸ ਤਰ੍ਹਾਂ ਪੁੱਛਿਆ ਸੀ ਉਹਨੇ, ਕਹਿੰਦਾ PUK ਹੁੰਦਾ ਜਿਹੜਾ ਇਹ ਪਰਸਨਲ ਅਨਬਲੌਕਿੰਗ ਕੀ ਹੁੰਦਾ, ਤੇ ਕਹਿੰਦਾ ਇਹ 8 ਡਿਜਿਟਸ ਦਾ ਹੁੰਦਾ, 8 ਦਾ ਨਹੀਂ ਹੁੰਦਾ, 8 to 12 ਡਿਜਿਟਸ ਦੀ ਇਹਦੀ ਲੈਂਥ ਹੋ ਸਕਦੀ ਹੈ। ਤਾਂ ਆਹ ਗਲਤ ਹੈ, ਦੂਜਾ ਪਹਿਲਾ ਠੀਕ ਆ। ਤਾਂ ਇਹ ਨੋਟ ਕਰੈਕਟ ਪੁੱਛਿਆ ਸੀ ਤਾਂ ਆਨਸਰ ਇਹਦਾ D ਆ ਜੂ। ਅੱਗੇ ਆਪਾਂ ਕਰਾਂਗੇ, ਬਾਕੀ ਦੇ ਕੋਡ ਵੀ ਪੜ੍ਹ ਲਈਏ ਆਪਾਂ, ਫਿਰ ਵੀ ਆਪਾਂ ਇਹਨਾਂ ਚੀਜ਼ਾਂ ਤੇ ਆਉਣੇ ਆ, ਠੀਕ ਹੈ। ਪਿੰਨ ਦੇ ਪੱਕ ਬਾਰੇ ਹੋ ਗਿਆ। ਇਹ ਬਹੁਤ ਜ਼ਿਆਦਾ ਡਾਟਾ ਇੰਪੋਰਟੈਂਟ ਹੈ, ਯਾਦ ਰੱਖਣਾ ਵੀ 8 to 12 ਅੱਖਰਾਂ ਦਾ ਆਪਣੇ ਕੋਲ PUK ਹੁੰਦਾ, ਪਿੰਨ ਹੁੰਦਾ 4 to 8 ਕਰੈਕਟਰ ਦਾ। ਉਸ ਤੋਂ ਬਾਅਦ ਆ ਜਾਂਦਾ IMEI ਨੰਬਰ। ਇਹ ਆਪਾਂ ਪੜ੍ਹ ਹੀ ਲਿਆ ਸੀਗਾ ਵੀ ਇੰਟਰਨੈਸ਼ਨਲ ਮੋਬਾਈਲ ਇਕਿਊਪਮੈਂਟ ਆਈਡੈਂਟੀ ਹੈ, ਇਹਦਾ ਆਪਾਂ ਐਬਰੀਵੇਸ਼ਨ ਪੜ੍ਹ ਲਈ ਸੀ। ਇਹ ਯੂਨੀਕ ਆਈਡੈਂਟੀਫਾਇਰ ਅਸਾਈਨ ਟੂ ਐਵਰੀ ਮੋਬਾਈਲ ਡਿਵਾਈਸ। ਹਰ ਇੱਕ ਮੋਬਾਈਲ ਫੋਨ ਦਾ ਆਪਣਾ ਇੱਕ ਵੱਖਰਾ ਨੰਬਰ ਹੁੰਦਾ ਹੈ ਜਿਹਨੂੰ ਅਸੀਂ IMEI ਨੰਬਰ ਬੋਲਦੇ ਹਾਂ। ਤੁਹਾਡੇ ਕੋਲ ਜੇ ਕਹਿ ਲਓ ਵੀ ਡਬਲ ਸਿਮ ਫੋਨ ਹੈ ਤਾਂ ਉਹਦੇ 'ਤੇ 2 IMEI ਨੰਬਰ ਹੋਣਗੇ, ਜੇ ਟ੍ਰਿਪਲ ਸਿਮ ਹੈ ਤਾਂ ਉਹਦੇ 'ਤੇ 3 IMEI ਨੰਬਰ ਹੋਣਗੇ, ਠੀਕ ਹੈ। ਸੋ ਇਹ ਆਪਾਂ ਯਾਦ ਰੱਖਣਾ। ਇਟ ਇਜ਼ ਏ 15 ਡਿਜਿਟ ਨੰਬਰ, ਇਹ 15 ਡਿਜਿਟਸ ਦਾ ਹੁੰਦਾ, ਦੈਟ ਇਜ਼ ਸਪੈਸਿਫਿਕ ਟੂ ਈਚ ਮੋਬਾਈਲ ਫੋਨ। ਦੀ IMEI ਨੰਬਰ ਇਜ਼ ਯੂਜਲੀ ਫਾਊਂਡ ਪ੍ਰਿੰਟਡ ਔਨ ਦੀ ਬੈਕ ਸਾਈਡ ਆਫ ਦੀ ਫੋਨ ਔਰ ਔਨ ਦੀ ਸਿਮ ਟਰੇ। ਕਈ ਵਾਰੀ ਕਹਿੰਦਾ ਬੈਕ ਸਾਈਡ ਤੇ ਫੋਨ ਤੇ ਵੀ ਪ੍ਰਿੰਟ ਹੋ ਸਕਦਾ ਜਾਂ ਸਿਮ ਟਰੇ ਤੇ ਪ੍ਰਿੰਟ ਹੁੰਦਾ। 15 ਅੱਖਰਾਂ ਦਾ, ਬਹੁਤ ਜ਼ਿਆਦਾ ਇੰਪੋਰਟੈਂਟ ਹੈ, ਯਾਦ ਰੱਖਣਾ। ਫਿਰ ਪਿਛਲੀ ਵਾਰੀ ਸਵਾਲ ਆਇਆ ਸੀਗਾ ਵੀ ਇਹਨੂੰ ਦੇਖ ਕਿਵੇਂ ਸਕਦੇ ਹਾਂ 2022 ਦੇ ਵਿੱਚ, *#06#। ਇਹ ਮੈਂ ਲਾਸਟ ਟਾਈਮ ਵੀ ਕਰਾਇਆ ਸੀ, ਤੁਹਾਨੂੰ ਯਾਦ ਹੋਣਾ। ਬਹੁਤ ਸਾਰੇ ਬੱਚਿਆਂ ਨੇ ਕਮੈਂਟ ਵੀ ਕੀਤੇ ਸੀਗੇ ਵੀ ਡਾਇਰੈਕਟ ਸਵਾਲ ਪੁੱਛਿਆ ਸੀ, ਤੁਸੀਂ ਸਕਰੀਨਸ਼ਾਟ ਦਾ ਜ਼ਿਕਰ ਕਰ ਰਹੇ ਸੀ, ਹੈ ਨਾ। ਸੋ ਇਹੀ ਹੈਗਾ, ਕਹਿੰਦਾ ਦਾ IMEI ਨੰਬਰ ਇਹ ਯੂਜ਼ਡ ਫੋਰ ਵੇਰੀਅਸ ਪਰਪਸ ਇਨਕਲੂਡਿੰਗ ਆਈਡੈਂਟੀਫਾਈ ਏ ਸਟੋਲਨ ਔਰ ਲੋਸਟ ਫੋਨ। ਤੁਹਾਡਾ ਕਈ ਵਾਰੀ ਫੋਨ ਡਿੱਗ ਪਿਆ ਤਾਂ ਆਪਾਂ IMEI ਨੰਬਰ ਦੇ ਨਾਲ ਫੋਨ ਟਰੇਸ ਕਰ ਸਕਦੇ। ਅਤੇ ਤੁਹਾਨੂੰ ਥੋੜ੍ਹਾ ਜਿਹਾ ਆਈਡੀਆ ਦੇ ਦੇਣਾ ਵੀ ਤੁਸੀਂ *#06# ਕਰਕੇ ਆਪਣੇ ਦੋਨੋਂ IMEI ਨੰਬਰ ਸੇਵ ਕਰਕੇ ਰੱਖ ਲਓਗੇ। ਤੇ ਇੱਕ ਤੁਹਾਨੂੰ ਮੈਂ ਵਾਰੀ ਵਾਰੀ ਦੱਸਦਾ, ਪਿਛਲੇ ਪਾਰਟ ਦੇ ਵਿੱਚ ਵੀ ਦੱਸਿਆ ਸੀਗਾ ਜਿਹਦੇ ਵਿੱਚ ਆਪਾਂ ਦੇਖਿਆ ਸੀਗਾ ਫਾਈਂਡ ਮਾਈ ਡਿਵਾਈਸ
ਇਹਦੇ ਨਾਲ ਜੇ ਤੁਸੀਂ ਤੁਸੀਂ ਗੂਗਲ ਆਈ ਡੀ ਜੀਮੇਲ ਆਈ ਡੀ ਭਰੀ ਹੋਈ ਹੈ ਤਾਂ ਤੁਸੀਂ ਆਪਣੇ ਫੋਨ ਨੂੰ ਟਰੇਸ ਕਰ ਸਕਦੇ ਹੋ, ਤਾਂ ਤੁਸੀਂ ਆਈ ਐਮ ਈ ਆਈ ਨੰਬਰ ਦੇ ਨਾਲ ਵੀ ਆਪਾਂ ਨੂੰ ਟਰੇਸ ਕਰ ਸਕਦੇ ਹੋ, ਕਿਉਂਕਿ ਬੰਦੇ ਨੇ ਤੁਹਾਡੇ ਸਿਮ ਤਾਂ ਕੱਢ ਕੇ ਬਾਹਰ ਸੁੱਟ ਦੇਣੇ ਨੇ, ਤਾਂ ਆਈ ਐਮ ਈ ਆਈ ਨੰਬਰ ਦੇ ਨਾਲ ਤੁਸੀਂ ਆਪਦੇ ਫੋਨ ਨੂੰ ਟਰੇਸ ਕਰ ਸਕਦੇ ਹੋ ਵੀ ਉਹ ਕਿਹੜੀ ਲੋਕੇਸ਼ਨ ਤੇ ਚੱਲ ਰਿਹਾ। ਠੀਕ ਆ, ਸੋ ਇਹ ਇਹਦਾ ਪਰਪਜ਼ ਆ। ਵੈਨ ਮੋਬਾਈਲ ਫੋਨ ਇਜ਼ ਰਿਪੋਰਟਡ ਸਟੋਲਨ ਔਰ ਲੋਸਟ, ਦੀ ਆਈ ਐਮ ਈ ਆਈ ਨੰਬਰ ਕੈਨ ਬੀ ਯੂਜ਼ਡ ਬਾਈ ਦੀ ਅਥਾਰਟੀ ਔਰ ਸਰਵਿਸ ਪ੍ਰੋਵਾਈਡਰ ਟੂ ਟਰੈਕ ਐਂਡ ਬਲੋਕ ਦੀ ਡਿਵਾਈਸਿਸ, ਮੇਕਿੰਗ ਇਟ ਡਿਫੀਕਲਟ ਫੋਰ ਦੀਪ ਥੀਪਸ ਟੂ ਯੂਜ਼ ਔਰ ਸੈਲ ਇਟ। ਕਹਿੰਦਾ ਥੀਪਸ ਚੋਰਾਂ ਵਾਸਤੇ ਕਹਿੰਦਾ ਇਹ ਔਖਾ ਹੋ ਜਾਂਦਾ ਵੀ ਉਹਨੂੰ ਵੇਚ ਨਹੀਂ ਸਕਦੇ ਜਦੋਂ ਬਲੋਕ ਹੀ ਹੋ ਜਾਂਦਾ। ਠੀਕ ਹੈ, ਸੋ ਅੱਗੇ ਆ ਗਿਆ ਆਈ ਐਮ ਐਸ ਆਈ। ਤਾਂ ਇਹ ਯਾਦ ਰੱਖਣਾ ਵੀ ਇੰਟਰਨੈਸ਼ਨਲ ਮੋਬਾਈਲ ਇਕਿਊਪਮੈਂਟ ਆਈਡੈਂਟੀ, ਪੂਰੀ ਦੁਨੀਆ ਦੇ ਵਿੱਚ ਤੁਹਾਨੂੰ ਇਹ ਇੱਕ ਯੂਨੀਕ ਨੰਬਰ ਹੋਊਗਾ ਜਿਹੜਾ ਕਿ ਤੁਹਾਡੇ ਫੋਨ ਦੀ ਆਈਡੈਂਟੀ ਪ੍ਰੋਵਾਈਡ ਕਰਦਾ। ਦੋ ਫੋਨ ਦਾ ਆਈ ਐਮ ਈ ਆਈ ਨੰਬਰ ਸੇਮ ਨਹੀਂ ਹੋ ਸਕਦਾ, ਨੋ ਟੂ ਫੋਨ ਕੈਨ ਹੈਵ ਸੇਮ ਆਈ ਐਮ ਈ ਆਈ ਨੰਬਰ, ਯਾਦ ਰੱਖਣੀ ਹੈ ਗੱਲ। ਬਟ ਵਨ ਫੋਨ ਕੈਨ ਹੈਵ ਮੋਰ ਦੈਨ ਵਨ ਆਈ ਐਮ ਆਈ ਆਈ ਐਮ ਈ ਆਈ ਨੰਬਰ। ਠੀਕ ਹੈ, ਅਗਲਾ ਆਈ ਐਮ ਐਸ ਆਈ, ਇਹ ਹੁੰਦਾ ਇੰਟਰਨੈਸ਼ਨਲ ਮੋਬਾਈਲ ਸਬਸਕ੍ਰਾਈਬਰ ਆਈਡੈਂਟੀ, ਇਹਦੇ ਯੂਨੀਕ ਕੋਡ ਅਸਾਈਨ ਟੂ ਈਚ ਸਿਮ ਕਾਰਡ, ਇਹ ਹਰੇਕ ਸਿਮ ਕਾਰਡ ਨੂੰ ਅਸਾਈਨ ਹੁੰਦਾ। ਤੇ ਤੁਹਾਨੂੰ ਯਾਦ ਹੋਣਾ ਵੀ ਆਪਾਂ ਪਿੰਨ ਤੇ ਪੱਕ ਪੜਿਆ, ਇਹ ਇਹਨਾਂ ਚ ਕਨਫਿਊਜ਼ ਨਹੀਂ ਹੋਣਾ। ਪਿੰਨ ਤੇ ਪੀ ਯੂ ਕੇ ਹੈ, ਇਹ ਸਿਕਿਉਰਿਟੀ ਪ੍ਰੋਵਾਈਡ ਕਰਦੇ ਆ ਜਿਹੜਾ ਯੂਜ਼ਰ ਲਗਾਉਂਦਾ ਆਪਦੀ ਮਰਜ਼ੀ ਨਾਲ। ਤੇ ਜਿਵੇਂ ਇੱਕ ਫੋਨ ਨੂੰ ਆਪਾਂ ਯੂਨੀਕ ਆਈ ਐਮ ਈ ਆਈ ਨੰਬਰ ਮਿਲ ਜਾਂਦਾ, ਉਵੇਂ ਹੀ ਸਰਵਿਸ ਪ੍ਰੋਵਾਈਡਰ ਦੁਆਰਾ ਇੱਕ ਸਿਮ ਦਾ ਆਈ ਐਮ ਐਸ ਆਈ ਨੰਬਰ ਹੁੰਦਾ, ਹਨਾ। ਸੋ ਇਟ ਯੂਜ਼ ਟੂ ਆਈਡੈਂਟੀਫਾਈ ਐਂਡ ਅਥੈਂਟੀਕੇਟ ਸਬਸਕ੍ਰਾਈਬਰ ਔਨ ਮੋਬਾਈਲ ਡਿਵਾਈਸ, ਜਿਹੜੇ ਨਾਮ ਤੇ ਸਿਮ ਚੱਲਦਾ ਹੋਊਗਾ ਉਹਦੇ ਕੋਲ ਇੱਕ ਆਈ ਐਮ ਐਸ ਆਈ ਨੰਬਰ ਹੋਊਗਾ, ਉਹ ਨੰਬਰ ਦੇ ਨਾਲ ਉਹ ਸਬਸਕ੍ਰਾਈਬਰ ਆਈਡੈਂਟੀਫਾਈ ਹੋ ਜਾਊਗਾ। ਕਲੀਅਰ ਹੋਈ ਗੱਲ? ਦੀ ਆਈ ਐਮ ਐਸ ਆਈ ਇਜ਼ ਸਟੋਰਡ ਔਨ ਸਿਮ ਕਾਰਡ ਐਂਡ ਇਜ਼ ਐਸੋਸੀਏਟਡ ਵਿਦ ਸਬਸਕ੍ਰਾਈਬਰਸ ਅਕਾਊਂਟ ਇਨਫੋਰਮੇਸ਼ਨ। ਤਾਂ ਇਹ ਸਿਮ ਕਾਰਡ ਦੇ ਵਿੱਚ ਸਟੋਰ ਹੁੰਦਾ, ਉਹਦੀ ਸਾਰੀ ਸਬਸਕ੍ਰਾਈਬਰ ਹੁੰਦਾ ਜਿਹੜਾ ਉਹਦੀ ਅਕਾਊਂਟ ਇਨਫੋਰਮੇਸ਼ਨ ਦੇ ਨਾਲ ਡੀਲ ਕਰਦਾ, ਉਹਨੂੰ ਸਾਰੀ ਨੂੰ ਇਹ ਆਈਡੈਂਟੀਫਾਈ ਦੇ ਨਾਲ ਕਰ ਸਕਦੇ ਹਾਂ ਆਪਾਂ। ਅਗਲਾ ਪੁਆਇੰਟ ਹੈ ਦੀ ਆਈ ਐਮ ਐਸ ਆਈ ਯੂਜ਼ਡ ਇਨ ਕੰਬੀਨੇਸ਼ਨ ਵਿਦ ਅਦਰ ਕੋਡ ਡਿਊਰਿੰਗ ਦੀ ਨੈਟਵਰਕ ਰਜਿਸਟ੍ਰੇਸ਼ਨ ਪ੍ਰੋਸੈਸ, ਇਹ ਬਾਕੀ ਕੋਡ ਦੇ ਨਾਲ ਯੂਜ਼ ਕੀਤਾ ਜਾਂਦਾ ਰਜਿਸਟ੍ਰੇਸ਼ਨ ਦੇ ਵਿੱਚ ਹੈਲਪ ਕਰਦਾ, ਅਲੋਇੰਗ ਦੀ ਮੋਬਾਈਲ ਨੈਟਵਰਕ ਓਪਰੇਟਰ ਟੂ ਆਈਡੈਂਟੀਫਾਈ ਐਂਡ ਪ੍ਰੋਵਾਈਡ ਸਰਵਿਸ ਟੂ ਕਰੈਕਟ ਸਬਸਕ੍ਰਾਈਬਰ। ਇੱਕ ਸਬਸਕ੍ਰਾਈਬਰ ਨੂੰ ਜਿਹੜੇ ਨੂੰ ਸਰਵਿਸਿਸ ਪ੍ਰੋਵਾਈਡ ਕਰਨੀਆਂ ਨੇ, ਤਾਂ ਉਹਦੇ ਲਈ ਆਈਡੈਂਟੀਫਾਈ ਕਿਹਦੇ ਦੁਆਰਾ ਹੁੰਦਾ ਉਹ ਬੰਦਾ? ਆਈ ਐਮ ਐਸ ਆਈ। ਦੇਖੋ ਫੋਨ ਆਈਡੈਂਟੀਫਾਈ ਕਿਹਦੇ ਨਾਲ ਹੋ ਗਿਆ? ਆਈ ਐਮ ਈ ਆਈ ਨੰਬਰ ਦੇ ਨਾਲ। ਤੇ ਸਬਸਕ੍ਰਾਈਬਰ ਆਈਡੈਂਟੀਫਾਈ ਕਾਹਦੇ ਨਾਲ ਹੋ ਗਿਆ? ਆਈ ਐਮ ਐਸ ਆਈ ਦੇ ਨਾਲ। ਇੱਥੇ ਮੈਂ ਲਿਖ ਕੇ ਦੱਸ ਦੇਣਾ, ਤੁਹਾਨੂੰ ਜ਼ਿਆਦਾ ਕਲੀਅਰ ਹੋ ਜੂਗਾ। ਆਈ ਐਮ ਈ ਆਈ ਆਈ ਐਮ ਐਸ ਆਈ, ਇੱਥੇ ਆਪਾਂ ਲਿਖ ਲਓ ਆਈਡੈਂਟੀਫਾਈ ਆਈਡੈਂਟੀਫਾਈ ਮੋਬਾਈਲ ਫੋਨ, ਮੋਬਾਈਲ ਫੋਨ। ਠੀਕ ਹੈ, ਮੋਬਾਈਲ ਫੋਨ ਲਿਖ ਲਓ ਜੇ ਮੋਬਾਈਲ। ਦੂਸਰਾ ਹੋ ਗਿਆ ਆਈ ਐਮ ਐਸ ਆਈ, ਕੀ ਕਰਦਾ? ਆਈਡੈਂਟੀਫਾਈ ਸਿਮ ਕਾਰਡ, ਸਿਮ ਕਾਰਡ ਦੀ ਆਈਡੈਂਟੀਫਿਕੇਸ਼ਨ ਪ੍ਰੋਵਾਈਡ ਕਰਦਾ ਇਹ, ਨਾ ਕਿ ਹੁਣ ਤੁਹਾਨੂੰ ਲੱਗੂਗਾ ਪੀ ਯੂ ਕੇ ਆ, ਪੀ ਯੂ ਸੀ ਜਾਂ ਪੀ ਯੂ ਕੇ ਤੇ ਜਾਂ ਪਿੰਨ। ਇਹ ਤਾਂ ਬਸ ਪਿੰਨ ਤਾਂ ਆਪਣਾ ਪੀ ਯੂ ਸੀ ਜਾਂ ਪੀ ਯੂ ਕੇ, ਇਹ ਤਾਂ ਬਸ ਜੇ ਪਿੰਨ ਗਲਤ ਹੋ ਜਾਵੇ ਤਾਂ ਉਹਦੇ ਲਈ ਹੁੰਦਾ। ਪਿੰਨ ਤਾਂ ਇੱਕ ਪਾਸਵਰਡ ਹੈ, ਦੋ ਫੋਨਾਂ ਤੇ ਪਾਸਵਰਡ ਸੇਮ ਹੋ ਸਕਦਾ, ਕੋਈ ਦਿੱਕਤ ਨਹੀਂ ਹੈ, ਬਟ ਦੋ ਸਿਮਾਂ ਦਾ ਸੇਮ ਆਈ ਐਮ ਐਸ ਆਈ ਨੰਬਰ ਨਹੀਂ ਹੋ ਸਕਦਾ, ਦੋ ਮੋਬਾਈਲ ਦਾ ਸੇਮ ਆਈ ਐਮ ਆਈ ਨੰਬਰ ਨਹੀਂ ਹੋ ਸਕਦਾ। ਮੈਨੂੰ ਲੱਗਦਾ ਤੁਹਾਨੂੰ ਕਲੈਰਿਟੀ ਹੋ ਗਈ ਹੋਣੀ ਹੈ। ਚਲੋ ਅਗਲਾ ਪੁਆਇੰਟ ਦੇਖਦੇ ਆਪਾਂ, ਲੈਂਥ ਦੀ ਆਪਾਂ ਗੱਲ ਕਰੀਏ। ਲੈਂਥ ਜਿਹੜਾ ਕਹਿੰਦਾ ਜਨਰਲੀ ਆਮ ਤੌਰ ਤੇ ਦੀ 15 ਡਿਜਿਟਸ ਦੀ ਹੁੰਦੀ ਹੈ, ਬਟ ਕਹਿੰਦਾ ਇਹ ਵੇਰੀਏਬਲ ਲੈਂਥ ਹੈ, ਤਾਂ ਇਹਦਾ ਕੋਈ ਸਪੈਸੀਫਿਕ ਕੰਟਰੀ ਟੂ ਕੰਟਰੀ ਡਿਪੈਂਡ ਕਰਦਾ, ਤਾਂ ਨੈਟਵਰਕ ਓਪਰੇਟਰ ਤੇ ਡਿਪੈਂਡ ਕਰਦਾ। ਤਾਂ ਇਹ ਵੀ ਗੱਲ ਯਾਦ ਰੱਖਣੀ ਹੈ, ਸਮ ਆਈ ਐਮ ਐਸ ਈ ਨੰਬਰ ਮੇ ਸ਼ੋਰਟਰ ਔਰ ਲੌਂਗਰ, ਬਟ ਦਾ ਮੋਸਟ ਕਾਮਨ ਲੈਂਥ, ਕਾਮਨਲੀ ਜਨਰਲੀ ਆਪਾਂ ਲੈਂਥ ਕਹਿ ਸਕਦੇ ਹਾਂ ਵੀ 15 ਡਿਜਿਟਸ ਹੈ, ਬਟ ਕੋਈ ਇਹ ਫਿਕਸਡ ਵੀ ਨਹੀਂ ਹੈ, ਇਹ ਵੀ ਯਾਦ ਰੱਖਣੀ ਆਪਾਂ। ਅੱਗੇ ਆ ਗਿਆ ਆਈ ਸੀ ਸੀ ਆਈ ਡੀ, ਆਈ ਸੀ ਸੀ ਆਈ ਡੀ ਇਜ਼ ਏ ਯੂਨੀਕ ਸੀਰੀਅਲ ਨੰਬਰ ਅਸਾਈਨ ਟੂ ਈਚ ਸਿਮ ਕਾਰਡ। ਹੁਣ ਇੱਥੇ ਥੋੜ੍ਹੀ ਜਿਹੀ ਕਨਫਿਊਜ਼ਨ ਹੋ ਜਾਣੀ ਆ ਤੁਹਾਨੂੰ, ਆਪਾਂ ਉਹ ਵੀ ਦੂਰ ਕਰਾਂਗੇ। ਜਿਹੜਾ ਆਈ ਐਮ ਐਸ ਆਈ ਨੰਬਰ ਹੁੰਦਾ ਇਹ ਵੀ ਸਿਮ ਕਾਰਡ ਨੂੰ ਮਿਲਦਾ, ਬਟ ਜਿਹੜਾ ਆਈ ਸੀ ਸੀ ਆਈ ਡੀ ਹੈ ਇਹ ਵੀ ਸਿਮ ਕਾਰਡ ਨੂੰ ਮਿਲਦਾ, ਇਹ ਵੀ ਯੂਨੀਕ ਸੀਰੀਅਲ, ਇਹ ਸੀਰੀਅਲ ਨੰਬਰ ਹੁੰਦਾ, ਉਹ ਸਬਸਕ੍ਰਾਈਬਰ ਆਈਡੈਂਟੀ ਹੁੰਦਾ। ਇਟ ਇਜ਼ ਪ੍ਰਿੰਟਡ ਔਨ ਸਿਮ ਕਾਰਡ ਐਂਡ ਯੂਜ਼ ਟੂ ਆਈਡੈਂਟੀਫਾਈ ਦਾ ਸਿਮ ਕਾਰਡ ਇਟ ਸੈਲਫ, ਇਹ ਪ੍ਰਿੰਟ ਹੁੰਦਾ ਸਿਮ ਕਾਰਡ ਤੇ ਜਿਹੜਾ ਆਈਡੈਂਟੀਫਾਈ ਕਰਦਾ ਸਿਮ ਕਾਰਡ ਨੂੰ। ਦੀ ਆਈ ਸੀ ਸੀ ਆਈ ਡੀ ਇਜ਼ ਡਿਫਰੈਂਟ ਫਰੋਮ ਆਈ ਐਮ ਐਸ ਆਈ। ਦੇਖੋ ਇਹ ਹੁਣ ਤੁਹਾਨੂੰ ਮੈਂ ਕਲੀਅਰ ਕਰਦਾ, ਜਿਹੜਾ ਆਈ
MSI है ਤੇ ICCID ਇਹਨਾਂ 'ਚ ਕੀ ਫਰਕ ਆ ICCID ਇਹ ਹੁੰਦਾ ਸਿਮ ਆਇਡੈਂਟੀਟੀ ਸਿਮ ਆਇਡੈਂਟੀਟੀ ਸਿਮ ਆਇਡੈਂਟੀਟੀ ਜਿਹੜਾ ICC ਗਲਤ ਨਹੀਂ ਹੋ ਗਿਆ ਮੈਨੂੰ ਲੱਗਦਾ ਉਲਟ ਹੋ ਗਿਆ ਕੰਮ ਹੈ ਨਾ IMSI ਹੁੰਦੀ ਹੈ ਸਬਸਕ੍ਰਾਈਬਰ ਦੀ ਆਇਡੈਂਟੀਟੀ ਸਬਸਕ੍ਰਾਈਬਰਸ ਆਇਡੈਂਟੀਟੀ ਇਹ ਹੁੰਦਾ ਸਿਮ ਕਾਰਡਸ ਆਇਡੈਂਟੀਟੀ ਦੇਖੋ ਦੋ ਚੀਜ਼ਾਂ ਨੇ ਸਾਡੇ ਕੋਲੇ ਇੱਕ ਤਾਂ ਸਿਮ ਪਿਆ ਸਿਮ ਆਪਾਂ ਦੁਕਾਨ ਤੋਂ ਸ਼ੋਪ ਤੋਂ ਲੈਣ ਜਾਣਾ ਉੱਥੇ ਬਹੁਤ ਸਾਰੇ ਆਲਰੇਡੀ ਸਿਮ ਪਏ ਹੁੰਦੇ ਨੇ ਬਟ ਉਹਨਾਂ 'ਚ ਸਬਸਕ੍ਰਾਈਬਰ ਕੋਈ ਨਹੀਂ ਹੁੰਦਾ ਕਿਸੇ ਵੀ ਬੰਦੇ ਨਾਲ ਉਹ ਰਜਿਸਟਰਡ ਨਹੀਂ ਹੁੰਦੇ ਜਦੋਂ ਆਪਾਂ ਨਵਾਂ ਫੋਨ ਲੈਣ ਜਾਂਦੇ ਹਾਂ ਉਹ ਆਪਾਂ ਨੂੰ 300-400 ਸਿਮ ਚੱਕ ਕੇ ਦਿਖਾ ਦਿੰਦਾ ਵੀ ਇਹਨਾਂ ਦੇ ਵਿੱਚੋਂ ਤੁਸੀਂ ਸਿਲੈਕਟ ਕਰ ਲਓ ਨਵੇਂ ਨੰਬਰ ਜਿਹੜੇ ਇਸ਼ੂ ਹੋਏ ਹੁੰਦੇ ਨੇ ਉਹ ਕਿਸੇ ਨੂੰ ਜਿੰਨਾ ਚਿਰ ਅਸਾਈਨ ਨਹੀਂ ਹੋਏ ਉਹਨਾਂ ਟਾਈਮ ਸਬਸਕ੍ਰਾਈਬਰ ਕੋਈ ਨਹੀਂ ਹੈਗਾ ਉਹਦਾ ਬਟ ਜਦੋਂ ਹੀ ਉਹ ਕਿਸੇ ਬੰਦੇ ਨੂੰ ਅਸਾਈਨ ਹੋ ਜਾਂਦੇ ਨੇ ਤਾਂ ਉਹਦੀ ID ਵਗੈਰਾ ਉਹ ਲੈ ਕੇ ਉਹਨੂੰ ਸਬਸਕ੍ਰਾਈਬਰ ਬਣਾ ਦਿੰਦੇ ਨੇ ਤਾਂ ਦੋਨੋਂ ਚੀਜ਼ਾਂ ਵੱਖਰੀਆਂ ਵੱਖਰੀਆਂ ਨੇ ਸਿਮ ਕਾਰਡ ਹੈਗਾ ਇੱਕ ਸਿਮ ਕਾਰਡ ਨੂੰ ਆਇਡੈਂਟੀਫਾਈ ਕਰਨਾ ਹੁਣ 100 ਨੰਬਰ ਪਹਿਲਾਂ ਬਣ ਕੇ ਆ ਗਏ ਕੰਪਨੀ ਵੱਲੋਂ ਉਹ ਕਿਸੇ ਨੂੰ ਇਸ਼ੂ ਨਹੀਂ ਹੋਏ ਤਾਂ ਉਸ 100 ਨੰਬਰਾਂ ਨੂੰ ਵੀ ਤਾਂ ਆਪਸ ਦੇ ਵਿੱਚ ਉਹਨਾਂ ਨੂੰ ਯੂਨੀਕਲੀ ਆਇਡੈਂਟੀਫਾਈ ਕਰਨਾ ਨਾ ਇੱਕ ਤਾਂ ਯੂਜ਼ਰ ਨੂੰ ਨੰਬਰ ਮਿਲ ਜਾਂਦਾ ਜਿਹੜਾ ਯੂਜ਼ਰ ਕੋਲ 10 ਅੱਖਰਾਂ ਦਾ ਆਪਾਂ ਪਿਛਲੇ ਪਾਰਟ 'ਚ ਪੜ੍ਹਿਆ ਸੀ ਵੀ ਯੂਜ਼ਰ ਦਾ ਨੰਬਰ ਕਿੰਨਾ ਦਾ 10 ਅੱਖਰਾਂ ਦਾ ਉਹਦਾ ਯੂਜ਼ਰ ਦਾ ਹੋ ਸਕਦਾ ਹੋ ਸਕਦਾ ਯੂਜ਼ਰ ਦਾ ਕੋਈ ਆਲਰੇਡੀ ਐਗਜਿਸਟਿੰਗ ਸਿਮ ਚੱਲ ਰਿਹਾ ਹੋਵੇ ਤਾਂ ਉਹਨੇ ਕੀ ਕਰਨਾ ਹੋਵੇ ਨਵਾਂ ਕਿਸੇ ਹੋਰ ਕੰਪਨੀ ਦੇ ਵਿੱਚ ਪੋਰਟ ਕਰਾਉਣਾ ਤਾਂ ਇਹ ਵਾਲਾ ਸਿਮ ਜਿਹੜਾ ਬਣਿਆ ਨਵਾਂ ਨਿਊ ਸਿਮ ਹੈ ਇਹਦਾ ਨੰਬਰ ਪੁਰਾਣੇ ਦੀ ਚਲਾਤਾ ਜਿਵੇਂ ਆਪਣਾ ਨੰਬਰ ਹੈ 94635390346 ਪਹਿਲਾਂ ਉਹ BSNL ਦਾ ਸੀ ਹੁਣ ਆਪਾਂ ਏਅਰਟੈਲ ਦਾ ਲੈ ਲਿਆ ਤਾਂ ਆਹ ਮੰਨ ਲਓ ਏਅਰਟੈਲ ਦਾ ਸਿਮ ਹੈ ਤਾਂ ਇਹਨੂੰ ਫਿਰ ਉਹ ਮਿਲ ਗਿਆ ਤਾਂ ਫਿਰ ਪ੍ਰੋਬਲਮ ਹੋ ਜੂ ਨਾ BSNL ਨੂੰ ਵੀ ਉਹੀ ਨੰਬਰ ਸੀ ਇਹਨੂੰ ਵੀ ਉਹੀ ਨੰਬਰ ਸੀ ਤਾਂ ਜਿਹੜਾ ਮੋਬਾਈਲ ਫੋਨ ਨੰਬਰ ਹੁੰਦਾ ਉਹ ਯੂਜ਼ਰ ਦਾ ਹੁੰਦਾ ਸਪੈਸੀਫਿਕ ਪਰਸਨਲ ਨੰਬਰ ਹੁੰਦਾ ਬਟ ਇੱਕ ਸਿਮ ਦਾ ਹੁੰਦਾ ਸਿਮ ਦੀ ਦਾ ਵੀ ਹੁਣ ਜਿਹੜਾ BSNL ਦਾ ਦੂਜਾ ਨੰਬਰ ਸੀ ਉਹ ਇਹਦੇ ਨਾਲੋਂ ਵੱਖਰਾ ਹੋ ਸਕਦਾ ਉਹਨੂੰ ਆਇਡੈਂਟੀਫਾਈ ਕੌਣ ਕਰੂਗਾ ਉਹਨੂੰ ICCID ਕੋਡ ਕਰੂਗਾ ਠੀਕ ਹੈ ਸੋ ਇਹ ਯਾਦ ਰੱਖਣਾ ਬਹੁਤ ਜ਼ਿਆਦਾ ਇੰਪੋਰਟੈਂਟ ਇਨਫੋਰਮੇਸ਼ਨ ਹੈ ਜਿਹੜਾ ICCID ਹੈ ਸਿਮ ਕਾਰਡ ਦੀ ਆਇਡੈਂਟੀ ਦੱਸਦਾ ਸਾਨੂੰ ਜਿਹੜਾ IMSI ਹੈ ਇਹ ਉਸ ਬੰਦੇ ਦੀ ਜਿਹੜਾ ਸਿਮ ਕਾਰਡ ਨੂੰ ਖਰੀਦਦਾ ਜਿਹੜਾ ਆਪਦੀ ID ਦਿੰਦਾ ਉਹ ਸਬਸਕ੍ਰਾਈਬਰ ਦੀ ਆਇਡੈਂਟੀ ਆ ਤਾਂ ਸਬਸਕ੍ਰਾਈਬਰ ਉਹੀ ਰਹਿੰਦਾ ਸਿਮ ਆਪਾਂ ਬਦਲ ਸਕਦੇ ਹਾਂ ਤੋੜ ਕੇ ਸੁੱਟਤਾ ਜਦੋਂ ਗੁੰਮ ਹੋ ਜਾਂਦਾ ਹੈ ਮੰਨ ਲਓ ਇਹ ਮੇਰਾ ਆਪਾਂ ਇਹ ਕਹਿ ਸਕਦੇ ਹਾਂ ਵੀ ਜਿਹੜਾ ਇਹ ਸਿਮ ਸੀਗਾ ਓਰੀਜਨਲ ਆਪਾਂ ਇਹ ਲੈ ਲੈਂਦੇ ਹਾਂ ਸਿਮ ਓਰੀਜਨਲ ਸੀਗਾ ਜਿਹੜਾ ਹੈ ਨਾ ਉਹਦਾ ਨੰਬਰ ਸੀ A45 ਤੇ ਜਿਹੜਾ ਜਦੋਂ ਸਿਮ ਸਾਡਾ ਗੁੰਮ ਹੋ ਗਿਆ ਸਿਮ ਅਸੀਂ ਨਿਊ ਲੈ ਆਉਂਦਾ ਤਾਂ ਨੰਬਰ ਉਹਦੇ 'ਤੇ ਉਹੀ ਰਹੂਗਾ ਉਹਦਾ ਮਿਲ ਗਿਆ A46 ਤਾਂ ਆਹ ICCID ਹੋਰ ਹੈ ਆਹ ICCID ਹੋਰ ਹੈ ਹਨਾ ਤਾਂ ICCID ਕੀ ਕਰਦਾ ਯੂਨੀਕਲੀ ਆਇਡੈਂਟੀਫਾਈ ਕਰਦਾ ਕਿਸੇ ਸਿਮ ਨੂੰ ਬਟ IMSI ਕੀ ਕਰਦਾ ਯੂਜ਼ਰ ਨੂੰ ਤਾਂ ਮੰਨ ਲਓ ਮੇਰਾ IMSI C46 ਸੀਗਾ ਜਦੋਂ ਮੇਰਾ ਨਿਊ ਸਿਮ ਓਰੀਜਨਲ ਸਿਮ ਚੱਲਦਾ ਸੀ ਜਦੋਂ ਮੈਂ ਸਿਮ ਨਵਾਂ ਕਢਾ ਲਿਆ ਮੇਰਾ IMSI ਨੰਬਰ ਨਹੀਂ ਚੇਂਜ ਹੋਊਗਾ C46 ਹੀ ਹੋਊਗਾ ਕਿਉਂਕਿ ਮੈਂ ਸਬਸਕ੍ਰਾਈਬਰ ਤਾਂ ਉਹੀ ਹਾਂ ਨਾ ਸਬਸਕ੍ਰਾਈਬਰ ਥੋੜ੍ਹੀ ਬਦਲਿਆ ਮੇਰਾ ਸਿਮ ਬਦਲ ਗਿਆ ਤਾਂ ਹੁਣ ਗੱਲ ਮੈਨੂੰ ਲੱਗਦਾ ਤੁਹਾਨੂੰ ਕਲੀਅਰ ਹੋ ਗਈ ਹੋਣੀ ਕਿਉਂਕਿ ਮੈਨੂੰ ਖੁਦ ਨੂੰ ਕਲੀਅਰ ਹੋ ਗਈ ਤੁਹਾਨੂੰ ਦੱਸ ਕੇ ਤਸੱਲੀ ਹੋ ਜਾਂਦੀ ਨਾ ਜਿਹਨੂੰ ਆਪਾਂ ਦੱਸਦੇ ਹਾਂ ਵੀ ਉਹ ਬੰਦੇ ਨੂੰ ਸਮਝ ਆ ਗਿਆ ਹੋਊਗਾ ਕਿ ਨਹੀਂ ਹੋ ਗਿਆ ਉਹ ਇਹ ਤੁਸੀਂ ਵੀ ਪਰਦੇ ਆ ਕੇ ਦੇਖਿਓ ਇੱਕ ਮੈਂ ਤੁਹਾਨੂੰ ਹੁਣ ਮੈਨੂੰ ਗੱਲ ਯਾਦ ਆ ਗਈ ਹੋਰ ਦੱਸਣਾ ਚਾਹੂੰਗਾ ਵੀ ਜੇਕਰ ਤੁਹਾਨੂੰ ਲੱਗਦਾ ਵੀ ਤੁਸੀਂ ਕਿਸੇ ਸਬਜੈਕਟ ਦੇ ਵਿੱਚ ਤੁਹਾਨੂੰ ਲੱਗਦਾ ਵੀ ਜ਼ਿਆਦਾ ਤੁਸੀਂ ਮਹਾਰਤ ਹਾਸਲ ਕਰਨੀ ਹੈ ਤੁਹਾਡਾ ਕੋਈ ਸਬਜੈਕਟ ਵੀਕ ਆ ਤਾਂ ਮੈਨੂੰ ਲੱਗਦਾ ਵੀ ਤੁਸੀਂ ਜਿੱਥੇ ਵੀ ਪੜ੍ਹ ਰਹੇ ਹੋ ਲਾਇਬ੍ਰੇਰੀ ਵਗੈਰਾ ਦੇ ਵਿੱਚ ਪੜ੍ਹ ਰਹੇ ਹੋ ਕਿਉਂਕਿ ਕਾਫੀ ਬੱਚਿਆਂ ਦੇ ਮੈਨੂੰ ਮੈਸੇਜ ਆਉਂਦੇ ਨੇ ਦੱਸਦੇ ਵੀ ਅਸੀਂ ਲਾਇਬ੍ਰੇਰੀ ਪੜ੍ਹਦੇ ਹਾਂ ਇਕੱਠੇ ਹੈ ਨਾ ਤਾਂ ਤੁਸੀਂ ਜਿਹੜਾ ਵੀ ਟੌਪਿਕ ਤੁਹਾਨੂੰ ਘੱਟ ਆਉਂਦਾ ਉਹ ਪੜ੍ਹ ਕੇ ਤੁਸੀਂ ਨਾਲ ਦੇ ਬੰਦਿਆਂ ਨੂੰ ਕਰਾਓ ਤੁਸੀਂ ਉਹਨਾਂ ਨੂੰ ਕਹੋ ਵੀ ਆਇਆ ਯਾਰ ਮੈਂ ਤੈਨੂੰ ਸਮਝਾਉਣਾ ਜਦੋਂ ਤੁਸੀਂ ਪੜ੍ਹਾਉਣ ਲੱਗ ਗਏ ਸਮਝਾਉਣ ਲੱਗ ਗਏ ਤਾਂ ਉਸ ਟੌਪਿਕ ਦੇ ਉਸ ਕਨਸੈਪਟ ਦੇ ਜਿਹੜੀਆਂ ਬਹੁਤ ਸਾਰੀਆਂ ਡਾਊਟਸ ਨੇ ਤੁਹਾਨੂੰ ਕਲੀਅਰ ਹੋਣਗੀਆਂ ਤੇ ਉਹ ਤੁਹਾਡਾ ਸਟਰੋਂਗ ਬਣੂਗਾ ਸੋ ਮੈਂ ਮੇਰਾ ਤਰੀਕਾ ਇਹੀ ਰਿਹਾ ਜਦੋਂ ਮੈਂ MTech ਵੀ ਕਰਦਾ ਸੀ ਮੈਂ ਆਪਦੇ ਨਾਲ ਦੇ ਜਿਹੜੇ ਮੇਰੇ ਫਰੈਂਡਸ ਹੁੰਦੇ ਸੀ ਮੈਂ ਉਹਨਾਂ ਨੂੰ ਫੜ ਕੇ ਸਮਝਾਉਣ ਲੱਗ ਜਾਂਦਾ ਸੀ ਤਾਂ ਉਸ ਚੀਜ਼ ਨੇ ਮੈਨੂੰ ਬੜਾ ਬੈਨੀਫਿਟ ਮਿਲਿਆ ਤਾਂ ਆਪਾਂ ਹੌਲੀ ਹੌਲੀ ਆਪਣਾ ਲੈਵਲ ਇਸ ਤਰ੍ਹਾਂ ਦਾ ਬਣ ਜਾਂਦਾ ਸਾਨੂੰ ਪਤਾ ਲੱਗਣ ਲੱਗ ਜਾਂਦਾ ਹੁੰਦਾ ਵੀ ਯਾਰ ਸਾਹਮਣੇ ਵਾਲੇ ਬੰਦੇ ਨੂੰ ਗੱਲ ਸਮਝ ਆ ਗਈ ਕਿ ਨਹੀਂ ਆ ਗਈ ਚਲੋ ਇਹ ਚੀਜ਼ਾਂ 'ਤੇ ਟਾਈਮ ਲੱਗਦਾ ਮੈਨੂੰ ਤਾਂ ਜਿਵੇਂ 9-10 ਸਾਲ ਲੱਗ ਗਏ ਇਹਨਾਂ ਚੀਜ਼ਾਂ ਨੂੰ ਕਰਨ ਦੇ ਲਈ ਪਰ ਤੁਸੀਂ ਕਰੋਗੇ ਤੁਹਾਡੀ ਥੋਟ ਕਲੈਰਿਟੀ ਥੋੜ੍ਹੀ ਜਿਹੀ ਸਿੰਪਲ ਹੋ ਜਾਣੀ ਹੈ ਤਾਂ ਇਹਦੇ ਨਾਲ ਤੁਹਾਡੇ ਨੰਬਰ ਵੀ ਬੂਸਟ ਅਪ ਹੋਣਗੇ ਜਿਵੇਂ ਆਪਣੀ ਟੈਸਟ ਸੀਰੀਜ਼ ਦੇ ਵਿੱਚ ਤੁਸੀਂ ਪ੍ਰੈਕਟਿਸ ਕਰਦੇ ਹੋ ਵਾਰੀ ਵਾਰੀ ਮਿਸਟੇਕਸ ਤੁਹਾਨੂੰ ਲੱਗਦਾ ਹੈ ਉਹ ਮਿਸਟੇਕਸ ਤੋਂ ਇੱਕ ਵਾਰੀ ਦੋ ਟੈਸਟਾਂ ਦੇ ਵਿੱਚ ਕਰ ਕਰਕੇ ਫਾਈਨਲ ਤੱਕ ਪਹੁੰਚਦੇ ਤੁਸੀਂ ਪਰਫੈਕਟ ਬਣ ਜਾਂਦੇ ਹੋ ਜਿਹੜੀਆਂ ਗਲਤੀਆਂ ਆਪਾਂ ਪੇਪਰ ਦੇ ਵਿੱਚ ਕਰਨੀਆਂ ਨੇ
ਉਹ ਸਾਰੀਆਂ ਗਲਤੀਆਂ ਆਪਾਂ ਮੌਕ ਟੈਸਟ ਦੇ ਵਿੱਚ ਕਰਕੇ ਪੇਪਰ ਤੱਕ ਆਪਾਂ ਰਿਫਾਈਨ ਕਰ ਲਾਂਗੇ। ਬਿਲਕੁਲ ਇਹੀ ਆਪਣਾ ਮੇਨ ਮੋਟਿਵ ਪਰਪਸ ਹੈ। ਤੁਸੀਂ ਫੁੱਲ ਲੈਂਥ ਵਾਈਜ਼ ਜਾ ਸਕਦੇ ਹੋ, ਟੋਪਿਕ ਵਾਈਜ਼ ਜਾ ਸਕਦੇ ਹੋ, ਸਬਜੈਕਟ ਵਾਈਜ਼। ਮੰਨ ਲਓ ਰੀਜਨਿੰਗ ਦੇ ਵਿੱਚ ਡੀ ਆਈ ਪੜ੍ਹੀ ਅਤੇ ਡੀ ਆਈ ਦੇ ਸਵਾਲ ਤੁਹਾਨੂੰ ਸਾਰੇ ਇਕੱਠੇ ਮਿਲ ਜਾਣਗੇ। ਤਾਂ ਇਹ ਟੈਸਟ ਸੀਰੀਜ਼ ਦਾ ਬਹੁਤ ਜ਼ਿਆਦਾ ਬੈਨੀਫਿਟ ਹੈ। ਜਿਹੜੇ ਬੱਚੇ ਹਜੇ ਵੀ ਸੋਚ ਰਹੇ ਆ ਕਿ ਯਾਰ ਲਈਏ ਕਿ ਨਾ ਲਈਏ, ਰਿਵੀਜ਼ਨ ਹੋਣ ਤੋਂ ਬਾਅਦ 'ਚ ਲਵਾਂਗੇ, ਤਾਂ ਉਹਨਾਂ ਨੂੰ ਮੇਰਾ ਸੁਜੈਸ਼ਨ ਹੈ ਕਿ ਰਿਵੀਜ਼ਨ ਕਦੇ ਵੀ ਖਤਮ ਨਹੀਂ ਹੁੰਦੀ, ਸਿਲੇਬਸ ਕਦੇ ਵੀ ਖਤਮ ਨਹੀਂ ਹੁੰਦਾ ਜ਼ਿੰਦਗੀ ਦੇ ਵਿੱਚ। ਤਾਂ ਟੈਸਟ ਸੀਰੀਜ਼ ਦੇ ਵਿੱਚ ਇਨਰੋਲ ਕਰੋ, ਡੇਲੀ ਦੇ ਦੋ ਤੁਸੀਂ ਫੁੱਲ ਲੈਂਥ ਟੈਸਟ ਦਿਓ, ਤਾਂ ਹੀ ਤੁਹਾਡਾ ਪਾਰ ਅੰਤਾਰਾ ਹੋਣਾ। ਨਹੀਂ ਤਾਂ ਤੁਹਾਨੂੰ ਆਉਂਦਾ ਬਹੁਤ ਕੁਛ ਹੁੰਦਾ, ਪਰ ਚੀਜ਼ਾਂ ਨੂੰ ਇਕੱਠੀਆਂ ਕਰਨੀਆਂ। ਸਟ੍ਰੈਸ ਮੈਨੇਜਮੈਂਟ ਵੱਡੀ ਹੁੰਦੀ ਹੈ, ਸਭ ਤੋਂ ਜ਼ਿਆਦਾ ਪੇਪਰ ਦੇ ਵਿੱਚ ਜ਼ਰੂਰੀ ਹੈ ਸਟ੍ਰੈਸ ਮੈਨੇਜਮੈਂਟ। ਮੇਰਾ ਨੈੱਟ ਮੈਨੂੰ ਯਾਦ ਆ 7ਵੀਂ ਵਾਰੀ ਕਲੀਅਰ ਹੋਇਆ, ਪਹਿਲੀ 3-4 ਵਾਰੀ ਤਾਂ ਸਟ੍ਰੈਸ ਹੀ ਨਹੀਂ ਲੋਡ ਆਉਂਦਾ ਸੀ, 3 ਪੇਪਰ ਹੁੰਦੇ ਸੀ ਇੱਕ ਦਿਨ 'ਚ, ਅੱਜ ਕੱਲ੍ਹ ਤਾਂ 2 ਹੁੰਦੇ ਨੇ। ਤਾਂ ਜੇਕਰ ਤੁਸੀਂ ਟੈਸਟ ਸੀਰੀਜ਼ ਲੈਣਾ ਚਾਹੁੰਦੇ ਹੋ ਤਾਂ ਆਪਣਾ ਨੰਬਰ ਹੈ 94635-90-346। ਇਸ ਨੰਬਰ 'ਤੇ ਸਾਨੂੰ ਵਟਸਐਪ ਕਰੋ, ਤੁਹਾਨੂੰ ਆਪਾਂ 10-15 ਮਿੰਟ ਦੇ ਵਿੱਚ ਹੀ ਟੈਸਟ ਸੀਰੀਜ਼ ਦੇ ਵਿੱਚ ਐਨਰੋਲ ਕਰ ਦਾਂਗੇ। ਠੀਕ ਹੈ, ਗੱਲ ਕਲੀਅਰ ਹੋਈ। ICC ID ਇੱਕ ਸਿਮ ਦੀ ਫਿਜ਼ੀਕਲ ਸਿਮ ਦੀ ਆਈਡੈਂਟੀ ਕਰਦਾ। ਕਹਿੰਦਾ ਦਾ ICC ID ਇਜ਼ ਯੂਜ਼ਡ ਫੋਰ ਐਡਮਿਨਿਸਟ੍ਰੇਟਿਵ ਪਰਪਸ ਸੱਚ ਐਜ਼ ਮੈਨੇਜਿੰਗ ਸਿਮ ਕਾਰਡ ਇਨਵੈਂਟਰੀ, ਇਨਵੈਂਟਰੀ ਹੋਈ ਸਟਾਕ, ਸਿਮ ਕਾਰਡ ਇਨਵੈਂਟਰੀ ਨੂੰ ਮੈਨੇਜ ਕਰਨਾ, ਐਂਡ ਐਕਟੀਵੇਟਿੰਗ ਔਰ ਡੀਐਕਟੀਵੇਟਿੰਗ ਸਿਮ ਕਾਰਡ। ਇਹ ਵੀ ਆਪਾਂ ਪੜ੍ਹ ਚੁੱਕੇ ਹਾਂ। ਅਤੇ ਲੈਂਥ ਜਿਹੜੀ ਇਹਦੀ ਹੈਗਾ 19-20 ਡਿਜਿਟਸ ਦੀ ਹੋ ਸਕਦੀ ਹੈ, ਕੋਈ ਸਪੈਸੀਫਿਕ ਲੈਂਥ ਨਹੀਂ ਹੈ। ਲੈਂਥ ਕੈਨ ਬੀ ਸਲਾਈਟਲੀ ਡਿਪੈਂਡਿੰਗ ਔਨ ਦਾ ਸਪੈਸੀਫਿਕ ਰਿਕੁਆਇਰਮੈਂਟ ਆਫ ਦਾ ਮੋਬਾਈਲ ਨੈਟਵਰਕ ਓਪਰੇਟਰ। 19-20 ਅੱਖਰਾਂ ਦੀ ਹੋ ਸਕਦੀ ਹੈ, ਤਾਂ ਇੱਕ ਪੱਕਾ ਨੰਬਰ ਨਹੀਂ ਹੈਗਾ। ਠੀਕ ਹੈ, ਅੱਗੇ ਆ ਗਿਆ ਜਿਵੇਂ MCC। MCC ਹੁੰਦਾ ਮੋਬਾਈਲ ਕੰਟਰੀ ਕੋਡ, ਇਹ 3 ਅੱਖਰਾਂ ਦਾ ਹੁੰਦਾ। ਇਟ ਇਜ਼ ਏ 3 ਡਿਜਿਟਸ ਕੋਡ ਯੂਨੀਕਲੀ ਆਈਡੈਂਟੀਫਾਈ ਕੰਟਰੀ ਇਨ ਦਾ ਇੰਟਰਨੈਸ਼ਨਲ ਮੋਬਾਈਲ ਨੈਟਵਰਕ ਇਨਫਰਾਸਟ੍ਰਕਚਰ। ਇੰਟਰਨੈਸ਼ਨਲ ਨੂੰ ਡੀਲ ਕੌਣ ਕਰਦਾ? ITU, ਇੰਟਰਨੈਸ਼ਨਲ ਟੈਲੀਕੋਮ ਯੂਨੀਅਨ। ਤਾਂ ਇਹ 3 ਅੱਖਰਾਂ ਦਾ ਕੋਡ ਹੁੰਦਾ, ਕੰਟਰੀ ਕੋਡ ਹੁੰਦਾ, ਜਿਹੜਾ ਮੋਬਾਈਲ ਕੰਟਰੀ ਕੋਡ ਹੈ, ਜਿਹੜਾ ਆਈਡੈਂਟੀਫਾਈ ਕਰਦਾ ਵੀ ਇਹ ਕਿਹੜੇ ਕੰਟਰੀ ਦੇ ਵਿੱਚ ਨੰਬਰ ਚੱਲਦਾ। ਜਿਵੇਂ ਆਪਣੇ ਇੰਡੀਆ ਦਾ +99 ਆ। ਈਚ ਕੰਟਰੀ ਇਜ਼ ਅਸਾਈਨਡ ਏ ਸਪੈਸੀਫਿਕ MCC ਬਾਏ ITU, ਇਹ ਮੈਂ ਤੁਹਾਨੂੰ ਦੱਸਿਆ ਹੀ ਆ। ਤਾਂ MCC ਜਿਹੜੀ ਯੂਜ਼ਡ ਕੋਂਬੀਨੇਸ਼ਨ ਵਿਦ MNC, ਅੱਗੇ ਆਪਾਂ MNC ਪੜ੍ਹਾਂਗੇ, MNC ਦੇ ਨਾਲ ਇਹ ਕੋਂਬੀਨੇਸ਼ਨ ਦੇ ਵਿੱਚ ਯੂਜ਼ ਕੀਤਾ ਜਾਂਦਾ। MNC ਹੁੰਦਾ ਮੋਬਾਈਲ ਨੈਟਵਰਕ ਕੋਡ, ਕਿਹੜਾ ਓਪਰੇਟਰ ਹੈ, ਇਹ 2 ਜਾਂ 3 ਅੱਖਰਾਂ ਦਾ ਹੋ ਸਕਦਾ। ਬੇਸਿਕਲੀ ਆਈਡੈਂਟੀਫਾਈ ਕਰਦਾ ਸਪੈਸੀਫਿਕ ਮੋਬਾਈਲ ਨੈਟਵਰਕ ਓਪਰੇਟਰ। ਇੱਕ ਕੰਟਰੀ ਦੇ ਵਿੱਚ ਹੁਣ ਨੈਟਵਰਕ ਓਪਰੇਟਰ ਵੀ ਤਾਂ ਜ਼ਿਆਦਾ ਹੋ ਸਕਦੇ ਨੇ, ਜਿਵੇਂ ਏਅਰਟੈੱਲ ਹੈ, ਏਅਰਸੈੱਲ ਚੱਲਦਾ ਸੀ ਪਹਿਲਾਂ, ਨੋਕੀਆ ਹੈ, ਜੀਓ ਹੈ, ਜਾਂ ਆਪਣੇ ਕੋਲ ਵੋਡਾਫੋਨ ਚੱਲਦਾ ਸੀ। ਹੁਣ ਵੋਡਾਫੋਨ ਅਤੇ ਮੈਨੂੰ ਲੱਗਦਾ ਕਿਹੜੇ ਕਿਹੜੇ ਇਕੱਠੇ ਹੋ ਗਏ, ਵੋਡਾਫੋਨ ਅਤੇ ਆਈਡੀਆ ਇਕੱਠੇ ਹੋ ਗਏ, ਹੈ ਨਾ। ਸੋ ਇਹ ਸਵਾਲ ਵੀ ਬਣ ਸਕਦਾ, ਤੁਸੀਂ ਕਮੈਂਟ ਕਰਿਓ, ਵੋਡਾਫੋਨ ਅਤੇ ਆਈਡੀਆ ਇਹ ਮਰਜ ਹੋ ਗਏ ਕਿਹੜੇ ਸਾਲ। ਇੱਕ ਤਾਂ ਯਾਰ ਤੁਸੀਂ ਸਵਾਲਾਂ 'ਤੇ ਕਮੈਂਟ ਨਹੀਂ ਕਰਦੇ, ਵੈਸੇ ਤਾਂ ਤੁਸੀਂ ਚਲੋ ਕਰੀ ਜਾਂਦੇ ਹੋ, ਠੀਕ ਆ, ਪਰ ਕੁਸ਼ਚਨ ਵੀ ਲਿਖਿਆ ਕਰੋ ਵੀ ਇਹ ਕਦੋਂ ਹੋਏ, ਹੈ ਨਾ। ਥੋੜ੍ਹਾ ਜਿਹਾ ਗੂਗਲ ਕਰਨ 'ਤੇ ਕੀ ਲੱਗਦਾ, ਸਾਨੂੰ ਆਦਤ ਪਊਗੀ ਵੀ ਕਿ ਜਿਹੜੀਆਂ ਚੀਜ਼ਾਂ ਸਮਝ ਨਹੀਂ ਆਉਂਦੀਆਂ ਅਸੀਂ ਰੱਟੇ ਨਹੀਂ ਮਾਰਾਂਗੇ। ਵੈਰੀਫਾਈ ਕਰਨ ਦੀ ਆਦਤ ਪਊਗੀ, ਥੋੜ੍ਹਾ ਜਿਹਾ ਗੂਗਲ ਕਰ ਲਿਆ ਕਰੋ, ਨਵੀਂ ਆਦਤ ਡਿਵੈਲਪ ਹੋ ਜੂਗੀ। ਕੱਲ੍ਹ ਨੂੰ ਕਿਤੇ ਵੀ ਜੋਬ 'ਤੇ ਚਲੇ ਜਾਓਗੇ, ਸਿੱਖਣ ਦੀ ਆਦਤ ਚੰਗੀ ਹੁੰਦੀ ਹੈ। ਦੇਖੋ ਦੱਸਣ ਨੂੰ ਤੁਹਾਨੂੰ ਮੈਂ ਵੀ ਦੱਸ ਸਕਦਾ, ਉਹ ਵੱਖਰੀ ਗੱਲ ਹੈ ਵੀ ਮੈਨੂੰ ਹੁਣ ਯਾਦ ਨਹੀਂ ਹੈਗਾ ਵੀ ਵੋਡਾਫੋਨ ਅਤੇ ਆਈਡੀਆ ਕਦੋਂ ਇਹ ਜਿਹੜੇ ਹੈਗੇ ਨੇ ਦੋਨੋਂ ਵਾਰ 'ਚ ਹੋਏ ਨੇ। ਤਾਂ ਤੁਸੀਂ ਵੀ ਲਿਖੋਗੇ, ਕਮੈਂਟ ਕਰੋਗੇ, ਮੈਨੂੰ ਵੀ ਸਿੱਖਣ ਨੂੰ ਮਿਲੂਗਾ, ਹੈ ਨਾ। ਤਾਂ ਇਹ ਨੈਟਵਰਕ ਓਪਰੇਟਰ ਦੱਸਦਾ ਵੀ ਕਿਹੜਾ ਕਿਹੜਾ ਹੈਗਾ। ਕਹਿੰਦਾ ਦਾ MNC ਲੌਂਗ ਵਿਦ MCC ਯੂਜ਼ ਟੂ ਆਈਡੈਂਟੀਫਾਈ ਪਰਟੀਕੁਲਰ ਨੈਟਵਰਕ ਓਪਰੇਟਰ ਇਨ ਏ ਸਪੈਸੀਫਿਕ ਕੰਟਰੀ। ਦੋਨੋਂ ਵਰਤੇ ਜਾਂਦੇ ਨੇ ਅਤੇ ਦੋਨਾਂ ਨੂੰ ਮਿਲਾ ਕੇ ਜਿਹੜਾ ਕੋਡ ਬਣਦਾ ਉਹਨੂੰ PLMN ਬੋਲਿਆ ਜਾਂਦਾ, ਪਬਲਿਕ ਲੈਂਡ ਮੋਬਾਈਲ ਨੈਟਵਰਕ। ਕਲੀਅਰ ਹੋਈ ਗੱਲ? ਹੁਣ ਸਵਾਲ 'ਤੇ ਆਉਂਦੇ ਹਾਂ, ਵੈਸੇ ਤਾਂ ਆਪਾਂ ਕਰ ਹੀ ਚੁੱਕੇ ਸੀਗੇ। PUK ਹੁੰਦਾ ਪਰਸਨਲ ਅਨਬਲੋਕਿੰਗ ਕੀ, ਇਹ ਬਿਲਕੁਲ ਠੀਕ ਆ। PUK ਹੁੰਦਾ ਜਿਹੜਾ 8 ਅੱਖਰਾਂ ਦਾ ਨਹੀਂ ਹੁੰਦਾ, 8-12 ਤੱਕ ਦਾ ਹੁੰਦਾ, ਤਾਂ ਕਰਕੇ ਇਹ ਦੂਜਾ ਹੀ ਗਲਤ ਹੈ। ਅਗਲਾ ਆਂਸਰ D ਆ ਜਾਊਗਾ, ਨੋਟ ਕਰੈਕਟ ਪੁੱਛਿਆ ਸੀ, ਆਂਸਰ D। ਅਗਲਾ ਸਵਾਲ ਕਹਿੰਦਾ ਬਿਫੋਰ ਯੂਜ਼ਿੰਗ ਏ ਨਿਊ ਮੋਬਾਈਲ ਫੋਨ ਵਿੱਚ ਉਹ ਦੀ ਫੋਲੋਇੰਗ ਸਟੈਪ ਸ਼ੁੱਡ ਬੀ ਫੋਲੋਡ। ਦੇਖੋ ਬਹੁਤ ਸੋਹਣਾ ਸਵਾਲ ਹੈ, ਇਹ ਜੋ ਪੜ੍ਹ ਕੇ ਆਇਆ ਆਪਾਂ ਉਹਦੇ 'ਚ ਪੁੱਛਿਆ। ਕਹਿੰਦਾ ਨਵਾਂ ਫੋਨ ਜਦੋਂ ਤੁਸੀਂ ਖਰੀਦਦੇ ਹੋ ਉਹਨੂੰ ਯੂਜ਼ ਕਰਨ ਤੋਂ ਪਹਿਲਾਂ ਕਿਹੜੀਆਂ ਚੀਜ਼ਾਂ ਦਾ ਧਿਆਨ ਰੱਖਣਾ ਚਾਹੀਦਾ? ਕਹਿੰਦਾ ਰਿਕਾਰਡ ਦੀ IMEI ਨੰਬਰ। ਇਹ ਤਾਂ ਬਿਲਕੁਲ ਠੀਕ ਹੈ, ਜਦੋਂ ਵੀ ਤੁਹਾਨੂੰ ਸਾਨੂੰ IMEI ਜਦੋਂ ਵੀ ਫੋਨ ਮਿਲਦਾ ਤਾਂ ਉਹਦਾ ਸਟਾਰ ਕੀ ਲਗਾਵਾਂਗੇ, ਸਟਾਰ ਹੈਸ਼ 06 ਹੈਸ਼ ਲਗਾ ਕੇ ਉਹਦੇ ਦੋਨੋਂ IMEI ਨੰਬਰ ਨੂੰ ਨੋਟ ਕਰ ਲਓ। ਅੱਗੇ ਹੈਗਾ ਰੀਡ ਮੈਨੂਫੈਕਚਰਰਸ ਮੈਨੂਅਲ ਕੇਅਰਫੁਲੀ, ਇਹ ਤਾਂ ਹੈਗਾ ਹੀ ਆ। ਵੈਸੇ ਅਸੀਂ ਥੋੜ੍ਹਾ ਰੀਡ ਕਰਦੇ ਹੁੰਦੇ ਹਾਂ ਮੈਨੂਅਲ, ਜਿਹੜੀਆਂ ਹੁਣ ਸਾਨੂੰ ਗੂਗਲ ਦਾ ਅਕਾਊਂਟ ਬਣਦੇ ਆ ਉਹ ਵੀ ਪੁੱਛਦਾ ਹੁੰਦਾ ਵੀ ਟਰਮਸ ਐਂਡ ਕੰਡੀਸ਼ਨ, ਅਸੀਂ ਬਿਨਾਂ ਦੇਖੇ ਕਹਿ ਦਿੰਦੇ ਹਾਂ ਵੀ ਐਗਰੀ ਹੈ ਜੀ, ਕਿਉਂਕਿ ਸਾਡੇ ਕੋਲ ਇੰਨਾ ਸਮਾਂ ਹੀ ਨਹੀਂ ਹੈਗਾ। ਇਹ ਦੋਨੋਂ ਹੀ ਗੱਲਾਂ ਠੀਕ ਨੇ, ਇਹ ਦੋਨੋਂ ਹੀ ਹੋਣੀਆਂ ਚਾਹੀਦੀਆਂ ਨੇ, ਕਰਨੀਆਂ ਚਾਹੀਦੀਆਂ ਨੇ। ਅਗਲਾ ਸਵਾਲ ਦੇਖੋ, ਬਹੁਤ ਵਧੀਆ ਸਵਾਲ ਆ 2021 ਦਾ।
ਆਪਾਂ ਹੁਣ ਥਿਉਰੀ ਪੜ੍ਹ ਕੇ ਆਏ ਹਾਂ, ਇਹੋ ਜਿਹੇ ਸਵਾਲਾਂ ਨੂੰ ਤਾਂ ਆਪਾਂ ਉਵੇਂ ਪੱਟ ਪੱਟ ਕੇ ਮਾਰਾਂਗੇ। ਦੇਖੋ ਕਹਿੰਦਾ ਵਿੱਚ ਆਫ ਫੋਲਿੰਗ, ਵਿੱਚ ਆਫ ਦੀ ਫੋਲਿੰਗ ਯੂਜ਼ ਟੂ ਆਈਡੈਂਟੀਫਾਈ ਇੰਡੀਵਿਜੁਅਲ ਮੋਬਾਈਲ ਫੋਨ। ਕਹਿੰਦਾ ਇੱਕ ਮੋਬਾਈਲ ਫੋਨ ਨੂੰ ਆਈਡੈਂਟੀਫਾਈ ਕਰਨ ਦੇ ਲਈ, ਇੰਡੀਵਿਜੁਅਲ ਮੋਬਾਈਲ ਫੋਨ ਨੂੰ ਆਈਡੈਂਟੀਫਾਈ ਕਰਨ ਦੇ ਲਈ ਕਿਹੜਾ ਕੋਡ ਵਰਤਿਆ ਜਾਂਦਾ? ਕੀ MCC ਹੁੰਦਾ ਹੈ? ਮੋਬਾਈਲ ਕੰਟਰੀ ਕੋਡ ਨਹੀਂ। ਕੀ IMSI ਹੁੰਦਾ? ਇਹ ਸਬਸਕ੍ਰਾਈਬਰ ਨੂੰ ਆਈਡੈਂਟੀਫਾਈ ਕਰਦਾ। ਦੇਖੋ ਇਹ ਆਈਡੈਂਟੀਫਾਈ ਕਰਦਾ ਸਬਸਕ੍ਰਾਈਬਰ ਨੂੰ। MCC ਆਈਡੈਂਟੀਫਾਈ ਕਰਦਾ ਕੰਟਰੀ ਨੂੰ। ਤੇ ਜੇ ਆਪਾਂ D ਤੋਂ ਬਾਅਦ E ਹੁੰਦਾ, ਜੇ ਆਪਾਂ ਪੜ੍ਹ ਲਈਏ MNC ਮੋਬਾਈਲ ਨੈਟਵਰਕ ਕੋਡ, ਇਹ ਕਾਸ ਨੂੰ ਆਈਡੈਂਟੀਫਾਈ ਕਰਦਾ ਓਪਰੇਟਰ ਨੂੰ। ਆਹ ਪਿਆ ਉੱਪਰ ਹੀ ਪਿਆ ਸੀ, ਓਪਰੇਟਰ ਨੂੰ। ਤੇ IMEI ਨੰਬਰ ਆਪਾਂ ਹੁਣੀ ਪੜ੍ਹ ਕੇ ਆਏ, ਫੋਨ ਨੰਬਰ ਨੂੰ ਆਈਡੈਂਟੀਫਾਈ ਕਰਦਾ, ਫੋਨ ਨੰਬਰ ਨੂੰ ਨੀ, ਮੋਬਾਈਲ ਫੋਨ ਨੂੰ ਜਿਹੜਾ ਯੂਨੀਕਲੀ ਆਈਡੈਂਟੀਫਾਈ ਕਰਦਾ ਉਹ ਹੁੰਦਾ IMEI ਨੰਬਰ। ਆਂਸਰ ਹੁਣ ਇਹੀ ਆ ਜਾਏਗਾ, ਬੇਇੱਜ਼ਤੀ ਨਾ ਹੋ ਜਾਏ, ਹੈ ਨਾ। ਹਾਂ ਇਹੀ ਹੁੰਦਾ ਬੇਇੱਜ਼ਤੀ ਦਾ ਕਨਸੈਪਟ। ਵੈਸੇ ਚਲੋ ਮੈਂ ਮਜ਼ਾਕ ਦੇ ਲਈ ਕਹਿਤਾ ਤੁਹਾਨੂੰ, ਆਂਸਰ ਇਹੀ ਹੈ, ਕੌਨਫੀਡੈਂਸ ਹੀ ਸਾਨੂੰ ਇੰਨਾ ਹੋ ਜਾਣਾ ਚਾਹੀਦਾ। ਅੱਗੇ ਫਿਰ ਪੁੱਛਣ ਲੱਗ ਗਿਆ ਵੀ, ਚਲੋ ਦੇਖੋ ਪਿਛਲਾ ਸੀਗਾ 20 ਅਗਸਤ ਨੂੰ, ਆ ਦੇਖੋ 24 ਅਗਸਤ ਨੂੰ। ਵਿੱਚ ਆਫ ਦੀ ਫੋਲਿੰਗ ਯੂਜ਼ਡ ਟੂ ਆਈਡੈਂਟੀਫਾਈ ਇੰਡੀਵਿਜੁਅਲ ਸਿਮ, ਕਿਸੇ ਸਿਮ ਨੂੰ ਆਈਡੈਂਟੀਫਾਈ ਕਿਹੜਾ ਕਰਦਾ? ਸਿਮ ਕਾਰਡ। ਵੈਸੇ ਇਹਦੇ ਵਿੱਚ ਗੋਲ ਕਰਤੀ ਗੱਲ, ਦੇਖੋ ਸਿਮ ਕਾਰਡ, ਗੱਲਾਂ ਦੋ ਹੀ ਹੋ ਗਈਆਂ, ICC ID। ਵੈਸੇ ਦੇਖਿਆ ਜਾਵੇ ਸਿਮ ਕਾਰਡ ਨੂੰ ਇਹ ਆਈਡੈਂਟੀਫਾਈ ਕਰਦਾ, ਬਟ ਉਹਨੇ ਦੱਸਿਆ ਨਹੀਂ ਹੁਣ, ਕਿਉਂਕਿ ਸਿਮ ਕੀ ਹੁੰਦਾ? ਸਬਸਕ੍ਰਾਈਬਰ ਆਈਡੈਂਟੀ ਮੋਡਿਊਲ ਹੀ ਹੁੰਦਾ ਜਿਹਦੇ ਵਿੱਚ ਹੀ ਸਬਸਕ੍ਰਾਈਬਰ ਹੁੰਦਾ। ਤਾਂ ਵੱਡੇ ਲੈਵਲ ਦੀ ਗੱਲ ਪੁੱਛ ਗਿਆ, ਤਾਂ ਫਿਰ ਇੱਥੇ ਆਂਸਰ ਸੀ ਹੋ ਜਾਊਗਾ, IMSI। ਜੇ ਵਿੱਚ ICC ID ਪਾਇਆ ਹੁੰਦਾ ਫਿਰ IMSI ਇਹਦਾ ਆਂਸਰ ਨਹੀਂ ਹੋਣਾ ਸੀ, ਫਿਰ ਇਹਦਾ ਆਂਸਰ ਹੋ ਜਾਣਾ ਸੀ FE, ਫਿਰ ਯਾਨੀ ਕਿ ICC ID ਹੋ ਜਾਣਾ ਸੀ। ਤੇ ਜੇ ਸਬਸਕ੍ਰਾਈਬਰ ਨੂੰ ਪੁੱਛ ਲਏ ਕੌਣ ਆਈਡੈਂਟੀਫਾਈ ਕਰਦਾ, ਫਿਰ ਸੀ ਹੋ ਜਾਣਾ। ਤਾਂ ਹੁਣ ਸੀ ਹੈ, ਕਿਉਂਕਿ ਇਹਨੇ ਥੋੜੇ ਜਿਹੇ ਬਰੋਡ ਲੈਵਲ ਤੇ ਸਵਾਲ ਪਾਇਆ, ਤਾਂ ਸੀ ਆਂਸਰ ਹੈ। ਅਗਲਾ ਦੇਖੋ, ਬਹੁਤ ਵਧੀਆ ਕਨਸੈਪਟ ਹੈ, 20 ਅਗਸਤ ਦੇ ਪੇਪਰ ਦੇ ਵਿੱਚ ਆਇਆ ਹੋਇਆ ਇਹ। ਕਹਿੰਦਾ ਵਟ ਇਜ਼ ਦਾ ਸ਼ੇਪ ਆਫ ਨੈਟਵਰਕ ਸੈੱਲ, ਨੈਟਵਰਕ ਸੈੱਲ ਦੀ ਸ਼ੇਪ ਕਿਹੜੀ ਹੋ ਸਕਦੀ ਹੈ? ਜੀਓਗ੍ਰਾਫੀਕਲ ਏਰੀਆ ਦੈਟ ਮੇਕਸ ਅਪ ਦਾ ਸੈਲੂਲਰ ਫੋਨ ਗ੍ਰਿਡ। ਸੈਲੂਲਰ ਨੈਟਵਰਕ, ਆਪਾਂ ਇਹ ਟੌਪਿਕ ਦਾ ਨਾਮ ਹੀ ਸੈਲੂਲਰ ਨੈਟਵਰਕ ਹੈ। ਕਹਿੰਦਾ ਉਹਦੇ ਵਿੱਚ ਸੈੱਲ ਦਾ ਸ਼ੇਪ ਕਿਹੜੀ ਹੋ ਸਕਦੀ ਹੈ? ਕੀ ਉਹ ਸਕੁਆਇਰ ਹੋ ਸਕਦਾ, ਸਰਕਲ ਹੋ ਸਕਦਾ, ਪੈਂਟਾਗੋਨ ਹੋ ਸਕਦਾ, ਹੈਕਸਾਗਨ ਹੋ ਸਕਦਾ? ਸਕੁਆਇਰ ਦੇਖੋ ਜਿਹੜੀਆਂ ਸਾਈਡਾਂ ਇੱਕੋ ਜਿਹੀਆਂ, ਸਰਕਲ ਏ ਵਾਲਾ, ਤੇ ਪੈਂਟਾਗਨ ਜਿਹਦੀਆਂ 5 ਸਾਈਡਾਂ ਹੋਣ, ਇਹ ਪੈਂਟਾਗਨ ਹੋ ਗਿਆ, ਤੇ ਹੈਕਸਾਗਨ ਹੋ ਗਿਆ ਜਿਹਦੀਆਂ 6, ਜਿਹਦੀਆਂ 6 ਸਾਈਡਾਂ ਹੋਣ, ਹੈ ਨਾ। ਹੁਣ ਇਹਦੇ ਵਿੱਚੋਂ ਕਹਿੰਦਾ ਪੁੱਛਦਾ ਵੀ ਸੈੱਲ ਦਾ ਕਿਹੜਾ ਕਹਿੰਦਾ ਸਟਰਕਚਰ ਹੋ ਸਕਦਾ? ਤਾਂ ਪਹਿਲਾਂ ਆਪਾਂ ਥੋੜ੍ਹਾ ਜਿਹਾ ਪੜ੍ਹ ਲੈਂਦੇ ਹਾਂ ਸੈਲੂਲਰ ਨੈਟਵਰਕ ਕੀ ਹੁੰਦਾ ਹੈ। ਇਹ ਸੈਲੂਲਰ ਨੈਟਵਰਕ ਜਾਂ ਇਹਨੂੰ ਮੋਬਾਈਲ ਨੈਟਵਰਕ ਵੀ ਕਹਿੰਦੇ ਆਪਾਂ, ਇਜ਼ ਏ ਕਮਿਊਨੀਕੇਸ਼ਨ ਨੈਟਵਰਕ ਵੇਅਰ ਦਾ ਲਿੰਕ ਟੂ ਐਂਡ ਫਰੋਮ ਐਂਡ ਨੋਡ ਇਜ਼ ਵਾਇਰਲੈਸ, ਜਿੱਥੇ ਲਿੰਕ ਨਾਲ ਜੋੜ ਗਏ ਜਾਂ ਐਂਡ ਨੋਡ ਆ ਜਿਹੜਾ ਉਹ ਵਾਇਰਲੈਸ ਹੋਵੇ। ਦੀ ਨੈਟਵਰਕ ਇਜ਼ ਡਿਸਟ੍ਰੀਬਿਊਟਡ ਓਵਰ ਲੈਂਡ ਏਰੀਆ ਕਾਲਡ ਸੈੱਲਸ। ਸਿੰਪਲ ਭਾਸ਼ਾ 'ਚ ਦੱਸ ਦਿੰਦਾ ਵੀ ਜਿਵੇਂ ਹੁਣ ਆਪਣਾ ਸੈਲੂਲਰ ਨੈਟਵਰਕ ਹੈ, ਜਿਹੜਾ ਮੋਬਾਈਲ ਫੋਨ ਨੈਟਵਰਕ ਹੈ, ਜਿਹਦੇ ਵਿੱਚ ਸੈਟੇਲਾਈਟ ਰਾਹੀਂ ਆਪਣੇ ਕੋਲ ਰੇਂਜ ਆਉਂਦੀ ਹੈ, ਹੈ ਨਾ। ਟਾਵਰ ਨਹੀਂ ਲੱਗੇ ਹੁੰਦੇ ਆਪਾਂ ਇਸ ਤਰ੍ਹਾਂ ਕਰਕੇ ਟਾਵਰ ਲਾ ਦਿੰਦੇ ਹਾਂ, ਉਹ ਟਾਵਰ ਦੀ ਰੇਂਜ ਹੁੰਦੀ ਹੈ। ਮੰਨ ਲਓ ਇਹ ਟਾਵਰ ਦੀ ਰੇਂਜ ਇੱਥੇ ਆ, ਇੱਕ ਟਾਵਰ ਇੱਥੇ ਲੱਗਿਆ ਹੋਇਆ, ਇਹਦੀ ਰੇਂਜ ਇੱਥੇ ਆ, ਇੱਕ ਟਾਵਰ ਇੱਥੇ ਲੱਗਿਆ ਹੋਇਆ, ਇਸ ਦੀ ਰੇਂਜ ਇੰਨੀ ਨੂੰ ਕਵਰ ਕਰਦਾ, ਕਿਤੇ ਇੰਨੀ ਨੂੰ ਕਵਰ ਕਰਦਾ। ਹੁਣ ਕੀ ਕਹਿੰਦਾ ਉਹ ਸਾਡੇ ਕੋਲ ਜਿਹੜਾ ਇਹ ਏਰੀਆ ਜਿਹੜਾ ਸੈੱਲ ਦਾ, ਇਹ ਇਹਨਾਂ ਨੂੰ ਮਿਲਾ ਕੇ ਬਹੁਤ ਸਾਰੇ, ਹੁਣ ਜਿਵੇਂ ਆਹ ਟਾਵਰ ਹੈ, ਆਹ ਵੀ ਟਾਵਰ, ਆਹ ਵੀ ਟਾਵਰ ਹੈ, ਇਹ ਪੂਰੇ ਜੀਓਗ੍ਰਾਫੀਕਲ ਲੋਕੇਸ਼ਨ ਦੇ ਵਿੱਚ ਡਿਵਾਈਡ ਕੀਤਾ ਹੁੰਦਾ। ਜਿਵੇਂ ਜਿਵੇਂ ਏਰੀਆ ਕਵਰ ਕਰਦੇ ਆ ਸੈੱਲ ਨੂੰ, ਇੱਕ ਜੀਓਗ੍ਰਾਫੀਕਲ ਲੋਕੇਸ਼ਨ ਦੇ ਵਿੱਚ ਆਪਾਂ ਡਿਵਾਈਡ ਕਰ ਲੈਂਦੇ ਹਾਂ ਇਸ ਤਰ੍ਹਾਂ ਕਰਕੇ। ਜੇ ਸਾਡੇ ਕੋਲ ਉਹ ਸਰਕਲ ਹੈ, ਯਾਨੀ ਕਿ ਸਰਕਲ ਦੇ ਵਿੱਚ ਲੈ ਲਿਆ ਸੀ ਸਾਰੇ ਏਰੀਏ ਨੂੰ ਅਸੀਂ, ਮੰਨ ਲਓ ਇਹ ਟਾਵਰ ਸੀਗਾ, ਟਾਵਰ ਦੀ ਰੇਂਜ ਅਸੀਂ ਸਰਕੂਲਰ ਰੱਖ ਲਈ, ਤੇ ਜਿਵੇਂ ਮੰਨ ਲਓ ਇਹ ਸਰਕਲ ਬਣਦੇ ਜਾਂਦੇ ਨੇ, ਤਾਂ ਸਾਡੇ ਕੋਲ ਇੱਥੇ ਪ੍ਰੋਬਲਮ ਇਹ ਪੈ ਗਈ ਵੀ ਆਹ ਵਾਲੇ ਸਪੇਸ ਨੇ ਜਿਹੜੀਆਂ ਅਨਕਵਰਡ ਰਹਿ ਗਈਆਂ, ਇੱਥੇ ਤਾਂ ਰੇਂਜ ਹੀ ਨਹੀਂ ਜਾਣੀ, ਇੱਥੇ ਤਾਂ ਕਿਸੇ ਦੀ ਵੀ ਰੇਂਜ ਨਹੀਂ ਜਾਣੀ, ਤਾਂ ਅਨਕਵਰਡ ਰਹਿ ਗਈਆਂ। ਫਿਰ ਅਸੀਂ ਕਿਹਾ ਵੀ ਇਸ ਤਰੀਕੇ ਨਾਲ ਕਰੋ ਇਹਨੂੰ ਆਪਾਂ, ਕਿ ਉਹ ਵਾਲਾ ਏਰੀਆ ਹੈ ਜਿਹੜਾ ਕੋਈ ਖਾਲੀ ਨਾ ਰਹੇ। ਤਾਂ ਹੁਣ ਦੇਖੋ ਆਹ ਵਾਲੀਆਂ ਚੀਜ਼ਾਂ ਸੀ ਜਿਹੜੀਆਂ ਇੰਟਰਫੇਰੈਂਸ ਹੋਣ ਲੱਗ ਗਈ, ਆਹ ਵਾਲੇ ਟਾਵਰ ਦੀ ਰੇਂਜ ਇੱਥੋਂ ਤੱਕ ਇੱਥੇ ਆ ਗਈ, ਦੂਜੇ ਟਾਵਰ ਦੀ ਵੀ ਆ ਗਈ, ਤਾਂ ਇਹ ਬੜੀ ਵੱਡੀ ਦਿੱਕਤ ਪੈ ਗਈ। ਤਾਂ ਆਹ ਵਾਲਾ ਏਰੀਆ ਸੀ ਜਿਹੜਾ ਇੰਟਰਫੇਰੈਂਸ ਹੋਣ ਲੱਗ ਗਈ, ਇੰਟਰਫੇਰੈਂਸ FERENCE, ਇੰਟਰਫੇਰੈਂਸ ਆਫ ਸਿਗਨਲ। ਜੇ ਸਰਕਲ ਨੂੰ ਸਾਈਡਾਂ ਤੇ ਰੱਖਦੇ ਹਾਂ ਤਾਂ ਸਰਕਲ ਦਾ ਜਿਹੜਾ ਏਰੀਆ ਕਵਰ ਨਹੀਂ ਹੁੰਦਾ,
ਜੇ ਵਿੱਚ ਵੜ ਦਿੰਦੇ ਹਾਂ ਤਾਂ ਇੰਟਰਫੇਰੈਂਸ ਹੋ ਜਾਂਦੀ ਹੈ, ਤਾਂ ਸਰਕਲ ਨਹੀਂ ਰੱਖ ਸਕਦੇ। ਤਾਂ ਦੇਖੋ ਜੇ ਅਸੀਂ ਸਰਕਲ ਲੈ ਲਿਆ ਤਾਂ ਏਰੀਆ ਓਵਰਲੈਪ ਕਰਦਾ, ਇਹਨੂੰ ਅਸੀਂ ਓਵਰਲੈਪ ਬੋਲ ਦਿੰਦੇ ਹਾਂ। ਆਹ ਰਹਿ ਗਿਆ ਖਾਲੀ, ਆਹ ਹੋ ਗਿਆ ਓਵਰਲੈਪ, ਕਿਉਂਕਿ ਇਹਨੂੰ ਪਹਿਲਾ ਸਰਕਲ ਵੀ ਕਵਰ ਕਰ ਰਿਹਾ, ਦੂਜਾ ਵੀ ਕਰ ਰਿਹਾ, ਓਵਰਲੈਪ ਹੋ ਗਿਆ। ਜੇ ਕਹਿੰਦਾ ਅਸੀਂ ਟ੍ਰੈਂਗਲ ਰੱਖ ਲਈਏ ਤਾਂ ਏਰੀਆ ਤਾਂ ਹੋ ਗਿਆ ਵੀ ਓਵਰਲੈਪ ਨਹੀਂ ਕਰਿਆ। ਇਸ ਤਰ੍ਹਾਂ ਕਰਕੇ ਬਹੁਤ ਸਾਰੇ ਏਰੀਏ ਬਣ ਜਾਣਗੇ ਆਪਣੇ ਕੋਲ। ਇੱਥੇ ਆਪਾਂ ਆਹ ਬਣਾ ਸਕਦੇ ਹਾਂ, ਇੱਥੇ ਆਪਾਂ ਇਸ ਤਰ੍ਹਾਂ ਕਰਕੇ, ਹੈ ਨਾ, ਆਹ ਵੀ ਟ੍ਰੈਂਗਲ, ਆਹ ਵੀ ਟ੍ਰੈਂਗਲ, ਆਹ ਵੀ ਟ੍ਰੈਂਗਲ ਹੈ, ਆਹ ਵੀ ਇੱਕ ਟ੍ਰੈਂਗਲ ਬਣ ਗਿਆ। ਇਸ ਤਰ੍ਹਾਂ ਕਰਕੇ ਆਹ ਵੀ ਟ੍ਰੈਂਗਲ ਬਣ ਗਿਆ, ਇਸ ਤਰ੍ਹਾਂ ਕਰਕੇ ਆਹ ਵੀ ਟ੍ਰੈਂਗਲ ਬਣ ਗਿਆ। ਦੇਖੋ ਏਰੀਆ ਸਾਰਾ ਕਵਰ ਹੋ ਰਿਹਾ, ਕੋਈ ਓਵਰਲੈਪਿੰਗ ਨਹੀਂ ਹੋ ਰਹੀ, ਬਟ ਪ੍ਰੋਬਲਮ ਇਹ ਆ ਵੀ ਉਹ ਟੋਟਲ ਏਰੀਏ ਦਾ, ਜੇ ਸਰਕਲ ਦੇ ਵਿੱਚੋਂ ਅਸੀਂ ਇਸ ਤਰ੍ਹਾਂ ਕਰਕੇ ਟ੍ਰੈਂਗੂਲਰ ਸ਼ੇਪ ਬਣਾ ਲਈਏ ਵੀ ਇੱਥੇ ਐਂਟੀਨਾ ਲੱਗਿਆ, ਇਹਦੀ ਰੇਂਜ ਇੱਥੋਂ ਤੱਕ ਜਾਊਗੀ, ਤਾਂ ਇਹ ਏਰੀਆ ਹੀ ਬਹੁਤ ਘੱਟ ਕਵਰ ਕਰਦਾ। ਦੇਖੋ ਸਰਕਲ ਦਾ ਇਹ 17% ਏਰੀਆ ਹੀ ਕਵਰ ਕਰਦਾ, ਤਾਂ ਕਿੱਥੇ ਸਰਕਲ ਦੇ ਨਾਲ ਜ਼ਿਆਦਾ ਏਰੀਆ ਕਵਰ ਕਰਨਾ ਸੀ, ਫਿਰ ਤਾਂ ਸਾਨੂੰ ਟਾਵਰ ਹੀ ਬਹੁਤ ਜ਼ਿਆਦਾ ਲਾਉਣੇ ਪੈ ਜਾਣਗੇ। ਕਿੰਨੇ ਕੁ ਟਾਵਰ ਲਾਈ ਜਾਵਾਂਗੇ? ਦੇਖੋ ਇੱਕ ਜਿਹੜਾ ਸਰਕਲ ਸੀ ਉਹਦੀ ਰੇਂਜ ਇੱਥੋਂ ਤੱਕ ਸੀ, ਆਪਾਂ ਨੋਰਮਲੀ ਮੰਨ ਲੈਂਦੇ ਹਾਂ ਵੀ ਜੇ ਇੱਥੇ ਟਾਵਰ ਲਾ ਲਿਆ ਉਹਦੀ ਰੇਂਜ ਇੱਥੋਂ ਤੱਕ ਸੀ, ਅਤੇ ਜੇ ਅਸੀਂ ਟ੍ਰੈਂਗੂਲਰ ਸ਼ੇਪ ਦੇ ਵਿੱਚ ਸੈੱਲ ਨੂੰ ਕੰਸਿਡਰ ਕੀਤਾ ਤਾਂ ਫਿਰ ਉਹਨੇ ਏਰੀਆ ਬਹੁਤ ਘੱਟ ਕਵਰ ਕਰਨਾ, 17% ਏਰੀਆ ਕਵਰ ਕਰਨਾ। ਅਤੇ ਜੇ ਅਸੀਂ ਸਕੁਆਇਰ ਰੱਖ ਲਿਆ ਏਰੀਆ, ਸਕੁਆਇਰ ਸਕੁਆਇਰ ਦੇ ਵਿੱਚ ਵੀ ਆਪਣੇ ਕੋਲ ਓਵਰਲੈਪਿੰਗ ਨਹੀਂ ਆਉਂਦੀ, ਕਿਉਂਕਿ ਇਸ ਤਰ੍ਹਾਂ ਕਰਕੇ ਆਪਾਂ ਨਾਲ ਨਾਲ ਲਗਾ ਸਕਦੇ ਹਾਂ, ਹੈ ਨਾ। ਆਹ ਤਾਂ ਮੈਂ ਵੈਸੇ ਹੀ ਛੱਡਦਾ, ਚਲੋ ਇਹ ਖਾਲੀ ਨਹੀਂ ਰਿਹਾ, ਨਾਲ ਜੁੜੇ ਹੋਏ ਨੇ। ਤਾਂ ਇਸ ਕੇਸ ਦੇ ਵਿੱਚ ਵੀ ਇਹ ਟੋਟਲ 63% ਏਰੀਆ ਕਵਰ ਕਰਦਾ, ਜਿਹੜਾ ਕਿ ਸਾਨੂੰ ਫਿਰ ਜ਼ਿਆਦਾ ਲੋਸ ਹੋ ਜਾਊਗਾ, ਸਾਨੂੰ ਜ਼ਿਆਦਾ ਟਾਵਰ ਲਾਉਣੇ ਪੈਣਗੇ। ਤਾਂ ਤੁਹਾਨੂੰ, ਮੈਨੂੰ ਲੱਗਦਾ ਵੀ, ਕਿਉਂਕਿ ਮੇਰੇ ਦਿਮਾਗ 'ਚ ਥੋਟ ਆ ਰਿਹਾ ਵੀ ਤੁਹਾਨੂੰ ਇਹ ਨਹੀਂ ਸਮਝ ਆਇਆ ਵੀ ਆਪਾਂ ਸੈੱਲ ਬਣਾਉਣੇ ਹੀ ਕਿਉਂ ਆ, ਕਿਉਂ ਬਣਾਉਣੇ ਆ? ਕਿਉਂਕਿ ਨੈੱਟਵਰਕ ਦੇ ਵਿੱਚ ਜਿਵੇਂ ਆਪਾਂ ਦੇਖਦੇ ਹਾਂ ਬਹੁਤ ਸਾਰੇ ਟਾਵਰ ਨੇ, ਆਹ ਪਹਿਲਾ ਟਾਵਰ, ਦੂਜਾ, ਤੀਜਾ, ਚੌਥਾ, ਕਿਉਂਕਿ ਜੀਓਗ੍ਰਾਫਿਕ ਰਿਲੇਸ਼ਨ ਲੋਕੇਸ਼ਨ ਹੀ ਬਹੁਤ ਜ਼ਿਆਦਾ। ਹੁਣ ਪੰਜਾਬ ਦੇ ਵਿੱਚ ਇੱਕ ਟਾਵਰ ਤਾਂ ਨਹੀਂ ਲੱਗਿਆ, ਲੱਖਾਂ ਹਜ਼ਾਰਾਂ ਟਾਵਰ ਲੱਗੇ ਨੇ, ਤਾਂ ਉਹ ਟਾਵਰ ਦੇ ਵਿੱਚ ਸਾਨੂੰ ਮੈਨੇਜ ਕਰਨਾ, ਜਿਵੇਂ ਆਹ ਏਰੀਆ ਹੋ ਗਿਆ, ਇੰਨੇ ਏਰੀਏ ਦੇ ਵਿੱਚ ਕਿੰਨੇ ਬੰਦੇ ਰਹਿੰਦੇ ਨੇ, ਉਹ ਬਹੁਤ ਸਾਰੀਆਂ ਚੀਜ਼ਾਂ ਅਸੀਂ ਮੈਨੇਜ ਕਰਨੀਆਂ ਨੇ। ਤਾਂ ਹੁਣ ਮੰਨ ਲਓ ਇਸ ਏਰੀਏ ਦੇ ਲੋਕਾਂ ਦਾ ਅਸੀਂ ਨੈੱਟ ਕੱਟਣਾ ਹੈ, ਜਿਵੇਂ ਪਿੱਛੇ ਜੇ ਆਪਣੇ ਕੇਸ ਹੋਇਆ ਸੀਗਾ, 2 ਜ਼ਿਲ੍ਹਿਆਂ ਦਾ ਨੈੱਟ ਵੀ ਬੰਦ ਕਰ ਸਕਦੇ ਹਾਂ। ਕਿਸੇ ਪਰਟੀਕੁਲਰ ਲੋਕੇਸ਼ਨ ਨੂੰ ਕੰਟਰੋਲ ਕਰਨ ਦੇ ਲਈ ਸੈੱਲ ਹੋਣੇ ਬਹੁਤ ਜ਼ਰੂਰੀ ਹੈ। ਇਸ ਏਰੀਏ ਦੇ ਵਿੱਚ ਲੋਕਾਂ ਦਾ ਇੰਟਰਨੈਟ ਕਨੈਕਸ਼ਨ ਕੱਟਣਾ ਹੈ, ਕੁਛ ਸਮੇਂ ਲਈ ਕੱਟਣਾ ਹੈ, ਕੋਈ ਇਹਨਾਂ ਨੂੰ ਇਨਫੋਰਮੇਸ਼ਨ ਦੇਣੀ ਹੈ, ਇੱਥੇ ਆਪਾਂ ਐਡ ਦਿਖਾਉਣੀ ਹੈ, ਉਹ ਸਾਰੀਆਂ ਚੀਜ਼ਾਂ ਕਿਹਦੇ ਨਾਲ ਹੋਣਗੀਆਂ? ਸੈੱਲ ਦੇ ਨਾਲ ਵੈਰੀਫਾਈ ਹੋਣਗੀਆਂ। ਕੋਈ ਕ੍ਰਿਮੀਨਲ ਹੈ, ਕਤਲ ਕਰਕੇ ਚਲਾ ਗਿਆ, ਆਹ ਸੈੱਲ ਤੋਂ ਅੱਗੇ ਗਿਆ, ਇਹਨੂੰ ਆਪਾਂ ਰੋਮਿੰਗ ਬੋਲ ਦਿੰਦੇ ਹਾਂ, ਰੋਮ ਘੁੰਮਣਾ, ਇੱਥੇ ਗਿਆ, ਇੱਥੇ ਗਿਆ, ਇੱਥੇ ਗਿਆ, ਇੱਥੇ ਗਿਆ। ਇਹ ਆਪਾਂ ਟਾਵਰਾਂ ਤੋਂ ਹੀ ਮੋਬਾਈਲ ਫੋਨ ਦੇ ਸੈੱਲ ਨੂੰ ਕੰਟਰੋਲ ਕਰ ਸਕਦੇ ਹਾਂ, ਅਤੇ ਦੰਗੇ ਵਗੈਰਾ, ਰਾਇਡਸ ਵਗੈਰਾ ਵੀ ਚੈੱਕ ਕਰ ਸਕਦੇ ਹਾਂ। ਵੀ ਮੰਨ ਲਓ ਜਨਰਲੀ ਇਹ ਏਰੀਏ ਦੇ ਵਿੱਚ ਕਹਿ ਲਓ ਵੀ 10,000 ਲੋਕ ਹੀ ਰਹਿੰਦੇ ਸੀ, ਕੀ ਹੋਇਆ ਇਹੋ ਜਿਹਾ ਕਿ ਕਿਸੇ ਦਿਨ ਇਹਦੇ ਵਿੱਚ 50,000 ਬੰਦਾ ਆ ਗਿਆ? ਉੱਥੇ ਵੀ ਸਾਨੂੰ ਪਤਾ ਲੱਗ ਜਾਊਗਾ ਵੀ ਇੱਕ ਏਰੀਏ ਦੇ ਵਿੱਚ ਇੰਨੀ ਟ੍ਰੈਫਿਕ ਕਿਉਂ ਹੋ ਗਈ, ਫਿਰ ਸਾਨੂੰ ਪਤਾ ਲੱਗ ਜੂ ਨਹੀਂ ਯਾਰ ਉੱਥੇ ਤਾਂ ਮੇਲਾ ਹੈ ਤਾਂ ਕਰਕੇ ਹੈ। ਤਾਂ ਉਹ ਮੌਬਸ ਨੂੰ ਇਕੱਠੀ ਹੋਣ ਤੋਂ ਵੀ ਰੋਕ ਸਕਦੇ, ਇੱਥੇ ਵੀ ਪ੍ਰੋਡਕਸ਼ਨ ਹੋ ਸਕਦੀ ਹੈ। ਤਾਂ ਇੱਕ ਸੈੱਲ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ, ਤਾਂ ਹੀ ਅਸੀਂ ਵਧੀਆ ਨੈੱਟਵਰਕ ਨੂੰ ਮੈਨੇਜ ਕਰ ਸਕਦੇ ਹਾਂ। ਬਟ ਉਹ ਸੈੱਲ ਦੀ ਸ਼ੇਪ ਕਿਹੜੀ ਹੋਵੇ, ਕਿ ਉਹ ਜ਼ਿਆਦਾ ਤੋਂ ਜ਼ਿਆਦਾ ਏਰੀਆ ਕਵਰ ਹੋਵੇ, ਨਾ ਤਾਂ ਓਵਰਲੈਪਿੰਗ ਹੋਵੇ, ਨਾ ਹੀ ਸਾਡੇ ਕੋਲ ਏਰੀਆ ਨੇ ਜਿਹੜੇ ਉਹ ਖਾਲੀ ਰਹਿ ਜਾਣ। ਤਾਂ ਕਰਕੇ ਆਪਾਂ ਸੀ ਜਿਹੜਾ ਸੈੱਲ ਦਾ ਸਟਰਕਚਰ ਪੜ੍ਹਦੇ ਹਾਂ, ਤਾਂ ਉਸੇ ਸਟਰਕਚਰ ਦੇ ਵਿੱਚੋਂ ਜੇਕਰ ਅਸੀਂ ਸਰਕਲ ਰੱਖਦੇ ਹਾਂ ਤਾਂ ਉਹਦੇ 'ਚ ਓਵਰਲੈਪਿੰਗ ਹੁੰਦੀ ਆ, ਇੱਕ ਦੂਜੇ ਦੇ ਵਿੱਚ ਵੜ ਜਾਂਦਾ ਏਰੀਆ। ਟ੍ਰੈਂਗਲ ਰੱਖਦੇ ਹਾਂ ਤਾਂ ਏਰੀਆ ਬਹੁਤ ਘੱਟ ਕਵਰ ਕਰਦਾ, ਕੰਡੀਸ਼ਨ ਫੁੱਲਫਿਲ ਨਹੀਂ ਹੁੰਦੀ। ਸਕੁਆਇਰ ਰੱਖਦੇ ਹਾਂ ਤਾਂ ਵੀ ਏਰੀਆ ਘੱਟ ਕਵਰ ਹੁੰਦਾ। ਬਟ ਇੱਕ ਪੈਂਟਾਗੋਨਲ ਦੀ ਥਾਂ 'ਤੇ ਆਹ ਸੀਗਾ ਟ੍ਰੈਂਗਲ ਪੈਂਟਾਗੋਨਲ, ਇਹ ਵਾਲਾ ਪੈਂਟਾਗੋਨਲ ਵੀ ਵਧੀਆ ਏਰੀਆ ਕਵਰ ਨਹੀਂ ਕਰਦਾ। ਇੱਕ ਹੈਕਸਾਗੋਨਲ ਹੀ ਐਵੇਂ ਦਾ ਏਰੀਆ ਹੈ ਜਿਹੜਾ ਸਾਰਿਆਂ ਤੋਂ ਜ਼ਿਆਦਾ ਏਰੀਆ ਕਵਰ ਕਰਦਾ, 83% ਏਰੀਆ ਸਰਕਲ ਦਾ ਇਹ ਕਵਰ ਕਰਦਾ। ਤਾਂ ਕਰਕੇ ਅਸੀਂ ਇਸ ਨੂੰ ਹੈਕਸਾਗੋਨਲ ਨੂੰ ਹੀ ਕੰਸੀਡਰ ਕਰਦੇ ਹਾਂ। ਤਾਂ ਆਂਸਰ ਇਹਦਾ ਹੈਗਾ ਵੀ ਜਿਹੜਾ ਸੈੱਲ ਹੁੰਦਾ ਉਹ ਕਿਹੜਾ ਹੁੰਦਾ? ਹੈਕਸਾਗੋਨਲ। ਇੱਥੇ ਵੀ ਦੱਸਿਆ ਮੈਂ ਤੁਹਾਨੂੰ ਵੀ ਸੈੱਲ ਟਾਈਪ ਹੈ, ਦੇਖੋ ਸਾਰੇ ਜਿਹੜੇ ਸੈੱਲ ਨੇ ਹੈਕਸਾਗੋਨਲ ਸ਼ੇਪ ਦੇ ਹੁੰਦੇ ਨੇ। ਤਾਂ ਇਹ ਕੋਨਸੈਪਟ ਜਿਹੜਾ ਹੈਗਾ, ਦੇਖੋ ਸਾਨੂੰ ਤਾਂ ਪੜ੍ਹ ਕੇ ਪਤਾ ਲੱਗਿਆ ਸਾਇੰਸ ਨੂੰ ਵੀ ਇਹ ਕੀ ਚੀਜ਼ਾਂ ਹੁੰਦੀਆਂ ਨੇ, ਬਟ ਤੁਸੀਂ ਨੇਚਰ ਨੂੰ ਦੇਖੋ, ਧਿਆਨ ਦੇ ਵਿੱਚ ਦੇਖੋ। ਮੈਂ ਲਾਸਟ ਟਾਈਮ ਵੀ ਕਰਾਇਆ ਸੀ, ਮਧੂ ਮੱਖੀਆਂ ਨੇ, ਦੇਖੋ ਯਾਰ ਇਹਨਾਂ ਦਾ ਜਿਹੜਾ ਛੱਤਾ ਹੁੰਦਾ ਇਹ ਹੈਕਸਾਗੋਨਲ ਸ਼ੇਪ ਦੇ ਵਿੱਚ ਹੀ ਹੁੰਦਾ। ਦੇਖੋ ਇਹ ਜਿਹੜਾ ਆ, ਦੇਖੋ ਹੈਕਸਾਗੋਨਲ, ਇਹਨਾਂ ਨੂੰ ਵੀ ਪਤਾ ਵੀ ਅਸੀਂ ਜ਼ਿਆਦਾ ਏਰੀਆ ਕਵਰ ਕਰ ਸਕਦੇ ਹਾਂ। ਦੇਖੋ ਇਹ ਨੇਚਰ ਇੰਸਪਾਇਰਡ ਐਲਗੋਰਿਥਮ ਹੀ ਨੇ। ਜਦੋਂ ਮੈਨੂੰ ਇਹ ਪਹਿਲੀ ਵਾਰੀ ਚੀਜ਼ ਪਤਾ ਲੱਗੀ, ਮੈਂ ਸਾਇੰਸ ਦੇ ਫੈਕਟ ਪੜ੍ਹਨ ਦੀ, ਮੈਨੂੰ ਥੋੜ੍ਹਾ ਜਿਹਾ ਵਧੀਆ ਲੱਗਦਾ ਵੀ ਆਪਾਂ ਫੈਕਟ ਦੇਖਣੇ ਕਿਹੜੀਆਂ ਚੀਜ਼ਾਂ ਨੇਚਰ ਤੋਂ ਇੰਸਪਾਇਰ ਹੋਈਆਂ ਨੇ, ਤਾਂ ਮੈਂ ਬਹੁਤ ਜ਼ਿਆਦਾ ਇੰਪ੍ਰੈਸ ਹੋਇਆ ਵੀ ਯਾਰ
ਦੇਖੋ ਕੁਦਰਤ ਦੇ ਜੀਵ ਨੇ, ਅਸੀਂ ਇਹਨਾਂ ਨੂੰ ਉਡਾਉਂਦੇ ਹੀ ਰਹਿੰਦੇ ਹਾਂ ਅੱਗ ਲਾ ਕੇ, ਹੈ ਨਾ, ਜਾਂ ਇਹਨਾਂ ਨੂੰ ਗਲਤ ਸਮਝਦੇ ਹਾਂ ਵੀ ਸਾਡੇ ਦੰਦੀ ਵੱਢਦੀਆਂ ਨੇ, ਪਰ ਤੁਸੀਂ ਮਿਹਨਤ ਤਾਂ ਦੇਖੋ ਇਹਨਾਂ ਦੀ ਕਿੰਨੀ ਆ। ਤਾਂ ਮੇਰਾ ਇੱਕ ਸਲਾਹ ਹੈ ਤੁਹਾਨੂੰ, ਸੁਜੈਸ਼ਨ ਆ ਵੀ ਤੁਸੀਂ ਤੁਹਾਡੇ ਘਰੇ ਜੋ ਵੀ ਅੱਜ ਕੱਲ੍ਹ ਜਿਵੇਂ ਬੜਾ ਟਰੈਂਡ ਹੈ ਪਲਾਂਟਸ ਵਗੈਰਾ ਬੂਟੇ ਲਾਉਣ ਦਾ, ਤੁਹਾਡੇ ਸਾਰਿਆਂ ਦੇ ਲੱਗੇ ਹੋਣਗੇ, ਮੈਂ ਵੀ ਲਾਏ ਹੋਏ ਨੇ, ਮੈਨੂੰ ਕਾਫੀ ਸ਼ੌਂਕ ਹੈ ਨੇਚਰ ਨਾਲ, ਹੈ ਨਾ, ਪਿਆਰ ਆ। ਤਾਂ ਉੱਥੇ ਤੁਸੀਂ ਘਰੇ ਤੁਸੀਂ ਕੁਛ ਐਵੇਂ ਦੀ ਬੇਲ ਲਗਾਓ, ਜਿਵੇਂ ਉਹ ਅੱਜ ਕੱਲ੍ਹ ਫੁੱਲਾਂ ਵਾਲੀਆਂ ਗੁਲਾਬੀ ਜਾਂ ਫੁੱਲਾਂ ਵਾਲੀਆਂ ਬੇਲਾਂ ਨੇ, ਜਾਂ ਕੋਈ ਵੀ ਦਰਖਤ ਲਗਾਓ, ਤਾਂ ਉਹਦੇ ਵਿੱਚ ਥੋੜ੍ਹਾ ਜਿਹਾ ਝਾਫਾ ਜਾਂ ਜਾਲ ਜੂਲ ਜਾਂ ਐਵੇਂ ਦਾ ਬਣਾਓ ਜਿੱਥੇ ਜ਼ਿਆਦਾ ਠੰਡ ਜੀ ਹੋਊਗੀ, ਫਿਰ ਉੱਥੇ ਮੱਖੀਆਂ ਆ ਕੇ ਤੁਹਾਡੇ ਘਰੇ ਆਪਦਾ ਕੀ ਕਹਿੰਦੇ ਉਹਨਾਂ ਨੂੰ ਮਖਿਆਲ ਬਣਾਉਣਗੀਆਂ, ਮਖਿਆਲ ਹੀ ਕਹਿ ਦਿੰਦੇ ਆਪਾਂ, ਹੈ ਨਾ, ਮਖਿਆਲ। ਤਾਂ ਇਹ ਆਪਦਾ ਛੱਤਾ ਬਣਾਉਣਗੀਆਂ ਇਸ ਤਰੀਕੇ ਦਾ, ਤਾਂ ਤੁਸੀਂ ਫਿਰ ਇਹਨਾਂ ਨੂੰ ਪ੍ਰੋਟੈਕਟ ਕਰਨਾ, ਉਡਾਉਣਾ ਨਹੀਂ ਇਹਨਾਂ, ਅਤੇ ਬਿਜਲੀ ਸ਼ਹਿਦ ਵੀ ਨਹੀਂ ਚੋਣਾ, ਕੋਈ ਗੱਲ ਨਹੀਂ, ਇਹਨਾਂ ਨੇ ਆਪਦੀ ਮਿਹਨਤ ਨਾਲ ਬਣਾਇਆ, ਇਹਨਾਂ ਨੇ ਖਾਣਾ ਹੀ ਆ, ਤਾਂ ਤੁਹਾਨੂੰ ਫਿਰ ਵਧੀਆ ਲੱਗੋ, ਤੁਹਾਨੂੰ ਖੁਸ਼ੀ ਹੋਊਗੀ, ਤੁਸੀਂ ਆਲਣੇ ਵੀ ਬਣਾ ਸਕਦੇ ਹੋ, ਟੰਗ ਸਕਦੇ ਹੋ, ਤਾਂ ਉਹ ਚੀਜ਼ਾਂ ਤੁਹਾਨੂੰ ਖੁਸ਼ੀ ਦੇਣਗੀਆਂ। ਜੇਕਰ ਤੁਸੀਂ ਟੈਸਟਾਂ ਦੀ ਤਿਆਰੀ ਕਰ ਰਹੇ ਹੋ, ਕਈ ਵਾਰੀ ਅਸੀਂ ਫੈਡ ਅਪ ਹੋ ਜਾਂਦੇ, ਦੋ ਤਿੰਨ ਗੱਲਾਂ ਦੱਸ ਦੇਣਾ ਮੈਨੂੰ ਯਾਦ ਆ ਗਈਆਂ। ਸਭ ਤੋਂ ਪਹਿਲਾਂ ਸਟ੍ਰੈਸ ਰਿਮੂਵ ਕਰਨ ਦੀ ਸਾਰਿਆਂ ਤੋਂ ਵਧੀਆ ਚੀਜ਼ ਹੈ ਪਲਾਂਟੇਸ਼ਨ। ਪਲਾਂਟੇਸ਼ਨ ਬੂਟੇ ਵਗੈਰਾ ਲਗਾਓ, ਸਵੇਰੇ ਸ਼ਾਮ ਨੂੰ ਪਾਣੀ ਪਾ ਦਿਓ, ਜੇਕਰ ਨਹੀਂ ਲੱਗੇ ਘਰੇ ਤਾਂ ਲਗਾ ਲਓ, ਜੇਕਰ ਲੱਗੇ ਹੋਏ ਤਾਂ ਫਿਰ ਧਿਆਨ ਦਿਓ। ਇਕੱਲੀ ਪੜ੍ਹਾਈ ਦੇ ਵਿੱਚ ਮਗਨ ਹੋਣਾ ਸਭ ਕੁਛ ਨਹੀਂ ਹੁੰਦਾ, ਕੁਦਰਤ ਦੇ ਨਾਲ ਥੋੜ੍ਹਾ ਜਿਹਾ ਪਿਆਰ ਕਰੋ। ਬੂਟਿਆਂ ਦੇ ਵਿੱਚ ਤੁਸੀਂ ਜਾਓਗੇ, ਤੁਹਾਡਾ ਮਨ ਖੁਸ਼ ਹੋਊਗਾ ਦੇਖ ਕੇ, ਕੋਈ ਤੁਸੀਂ ਸਬਜ਼ੀ ਲਗਾ ਲਓ ਜਿਹਨੂੰ ਲੱਗਦੀ ਹੈ, ਫਿਰ ਬੜਾ ਵਧੀਆ ਲੱਗਦਾ ਵੀ ਯਾਰ ਅਸੀਂ ਸਬਜ਼ੀਆਂ ਉਗਾ ਸਕਦੇ, ਹੈ ਨਾ। ਤਾਂ ਨੇਚਰ ਹੈ। ਅਤੇ ਦੂਜੀ ਗੱਲ ਕਿ ਐਨੀਮਲਸ ਬਰਡਸ ਨੇ ਜਿਹੜੇ, ਉਹਨਾਂ ਸਾਰਿਆਂ ਨੂੰ ਪਿਆਰ ਕਰੋ, ਉਹਨਾਂ ਦੇ ਆਲਣੇ ਵਗੈਰਾ ਬਣਾਓ। ਜਦੋਂ ਉਹ ਆਪਣੀ ਬਰੀਡਿੰਗ ਕਰਦੇ ਆ, ਬੱਚੇ ਕੱਢਦੇ, ਫਿਰ ਸਾਨੂੰ ਬਹੁਤ ਖੁਸ਼ੀ ਹੁੰਦੀ ਆ, ਫਿਰ ਸਾਡਾ ਪੜ੍ਹਨ ਨੂੰ ਜੀ ਕਰਦਾ। ਇਹ ਮੇਰੀ ਪ੍ਰੈਕਟੀਕਲ ਪ੍ਰਤਿਆਈ ਹੋਈ ਗੱਲ ਆ, ਕਿਉਂਕਿ ਮੈਂ ਕਦੇ ਆਪਾਂ ਸ਼ੇਅਰ ਕਰਾਂਗੇ, ਮੌਕਾ ਮਿਲਿਆ ਤਾਂ ਬਹੁਤ, ਮੇਰੇ 'ਤੇ ਵੀ ਸਮਾਂ ਐਵੇਂ ਦਾ ਆਇਆ ਵੀ ਆਪਾਂ ਸਟ੍ਰੈਸ ਦੇ ਵਿੱਚ ਚਲੇ ਗਏ ਸੀ, ਡਿਪਰੈਸ਼ਨ 'ਚ ਚਲੇ ਗਏ, ਚੀਜ਼ਾਂ ਹੋ ਜਾਂਦੀਆਂ ਨੇ ਬੰਦੇ ਨਾਲ, ਤਾਂ ਤੁਹਾਡੇ ਨਾਲ ਵੀ ਹੋ ਰਹੀਆਂ ਹੋਣਗੀਆਂ, ਤਾਂ ਇਹਨਾਂ ਚੀਜ਼ਾਂ ਨਾਲ ਜੁੜੋ, ਫਿਰ ਤੁਹਾਨੂੰ ਵਧੀਆ ਲੱਗੂਗਾ। ਪੇਪਰ ਨਹੀਂ ਕਲੀਅਰ ਹੋਇਆ ਕਿੱਡੀ ਕੁ ਵੱਡੀ ਗੱਲ ਹੈ ਯਾਰ। ਲੈ ਤੁਹਾਨੂੰ ਮੈਂ ਕਹਿ ਦੇਣਾ ਵੀ ਐਸ ਆਈ ਵਾਲਾ, ਤੁਸੀਂ ਇਹ ਪੇਪਰ ਦੇ ਵਿੱਚ ਜਾਣ ਤੋਂ ਪਹਿਲਾਂ ਇਹ ਮੰਨ ਕੇ ਚੱਲੋ ਵੀ ਨਹੀਂ ਹੋਊਗਾ, ਕੋਈ ਚੱਕਰ ਨਹੀਂ ਯਾਰ, ਚਾਹੇ ਸਾਡੀ ਉਮਰ ਲੰਘ ਜੇ। ਬਹੁਤ ਸਾਰੇ ਬੰਦੇ ਕਹਿਣਗੇ ਵੀ ਸਾਡੇ ਤਾਂ ਜੀ ਅਗਲੀ ਵਾਰੀ 28 ਤੋਂ ਉੱਪਰ ਹੋ ਜਾਵਾਂਗੇ, ਅਸੀਂ ਨਹੀਂ ਦੇ ਸਕਦੇ, ਤਾਂ ਟੈਨਸ਼ਨ ਹੈ। ਫਿਰ ਟੈਨਸ਼ਨ ਲੈ ਕੇ ਸਟ੍ਰੈਸ ਲਿਜਾ ਕੇ ਪੇਪਰ ਦੇ ਵਿੱਚ ਕਿਹੜਾ ਕੁਛ ਕਰ ਦਿਆਂਗੇ, ਨਹੀਂ ਕਰ ਸਕਦੇ ਨਾ। ਪਰ ਸਟ੍ਰੈਸ ਮੈਨੇਜਮੈਂਟ ਦੀ ਸਭ ਤੋਂ ਵੱਡੀ ਚਾਬੀ ਇਹ ਆ ਵੀ ਤੁਸੀਂ ਇਹ ਮੰਨ ਕੇ ਚੱਲੋ ਵੀ ਨਹੀਂ ਹੋਊਗਾ, ਫਿਰ ਕਿਹੜਾ ਗੋਲੀ ਵੱਜੂਗੀ ਯਾਰ, ਜ਼ਿਆਦਾ ਤੋਂ ਜ਼ਿਆਦਾ। ਪੇਪਰ ਨਹੀਂ ਕਲੀਅਰ ਹੋਇਆ, ਤੁਹਾਡੇ ਕੋਈ ਗੋਲੀਆਂ ਨਹੀਂ ਮਾਰਨ ਲੱਗਿਆ। ਜੇ ਇਹ ਸੋਚ ਲੈ ਕੇ ਪੇਪਰ ਦੇ ਵਿੱਚ ਜਾਓਗੇ, ਤਾਂ ਸਟ੍ਰੈਸ 50% ਸਟ੍ਰੈਸ ਤੋਂ ਡੈਸ ਨਹੀਂ ਰਿਲੀਜ਼ ਹੋ ਜਾਣਾ ਵੀ ਸਾਡੇ 'ਤੇ ਕੋਈ ਦਬਾਅ ਨਹੀਂ ਹੈਗਾ, ਅਸੀਂ ਆਪਦੇ ਸ਼ੌਂਕ ਨੂੰ ਚੱਲੇ ਹਾਂ, ਨਹੀਂ ਹੋਊਗਾ ਹੋਰ ਬਥੇਰੇ ਪੇਪਰ ਹੋਣਗੇ, ਹੈ ਨਾ, ਠੀਕ ਆ। ਸੋ ਇਹ ਸੀਗਾ ਸੈੱਲ ਹੈਕਸਾਗੋਨਲ ਸ਼ੇਪ, ਆਪਾਂ ਪੜ੍ਹੀ ਸੀ, ਥੋੜ੍ਹੀ ਜਿਹੀ ਥਿਊਰੀ ਪੜ੍ਹ ਲੈਂਦੇ ਹਾਂ। ਦੀ ਸ਼ੇਪ ਆਫ ਨੈਟਵਰਕ ਸੈੱਲ ਦੈਟ ਮੇਕਸ ਅਪ ਸੈਲੂਅਰ ਫੋਨ ਗ੍ਰਿਡ ਇਜ਼ ਟਿਪੀਕਲੀ ਫੋਰਮ ਆਫ ਹੈਕਸਾਗੋਨਲ, ਉਹੀ ਚੀਜ਼ਾਂ ਤੁਹਾਨੂੰ ਦੱਸ ਚੁੱਕੇ ਹਾਂ। ਹੈਕਸਾਗੋਨਲ ਟਾਈਲਿੰਗ ਹੁੰਦੀ ਹੈ, ਇਕੁਅਲ ਸਾਈਜ਼ ਦੇ ਹੁੰਦੇ ਨੇ, ਮੋਰ ਐਫੀਸ਼ੀਐਂਟ ਐਂਡ ਯੂਨੀਫਾਰਮ ਕਵਰੇਜ ਪੈਟਰਨ ਕੰਪੇਅਰ ਟੂ ਅਦਰ ਸ਼ੇਪ ਸੱਚ ਐਜ਼ ਸਕੁਆਇਰ ਔਰ ਟੂ ਸਰਕਲ। ਬਾਈ ਯੂਜਿੰਗ ਹੈਕਸਾਗੋਨ ਦੀ ਸੈਲੂਅਰ ਨੈਟਵਰਕ ਕੈਨ ਪ੍ਰੋਵਾਈਡ ਬੈਟਰ ਸਿਗਨਲ ਸਟਰੈਂਥ, ਸਿਗਨਲ ਸਟਰੈਂਥ ਨੇ ਜਿਹੜੇ ਉਹ ਜ਼ਿਆਦਾ ਪ੍ਰੋਵਾਈਡ ਕਰ ਸਕਦੇ ਨੇ ਟਾਵਰਸ, ਮਿਨੀਮਾਈਜ਼ਿੰਗ ਇੰਟਰਫੇਰੈਂਸ ਐਂਡ ਆਪਟੀਮਾਈਜ਼ ਦੀ ਡਿਸਟ੍ਰੀਬਿਊਸ਼ਨ ਆਫ ਸੈੱਲ ਟਾਵਰ ਔਰ ਬੇਸ ਸਟੇਸ਼ਨ। ਬੇਸ ਸਟੇਸ਼ਨ ਅਤੇ ਸੈੱਲ ਟਾਵਰ ਮੈਂ ਤੀਜੇ ਲੈਵਲ 'ਚ ਕਰਾਊਂਗਾ ਜੇ ਲੋੜ ਹੋਈ ਤਾਂ ਉਹਨਾਂ ਨੂੰ ਇਸਦੀ ਆਪਟੀਮਾਈਜੇਸ਼ਨ ਦਾ ਮਤਲਬ ਹੁੰਦਾ ਹੈ, ਉਹਨਾਂ ਦੀ ਪਰਫੋਰਮੈਂਸ ਵਧਾ ਸਕਦੇ ਹਾਂ। ਏਅਰਫੋਰ ਦੀ ਸ਼ੇਪ ਉਹੀ ਕਿਹਾ ਵੀ ਹੈਕਸਾਗੋਨਲ ਹੁੰਦੀ ਹੈ, ਕਲੀਅਰ ਹੋਈ ਗੱਲ, ਤਾਂ ਇਹਦਾ ਆਂਸਰ ਫਿਰ ਡੀ ਹੋ ਜਾਣਾ। ਸੋ ਟੈਸਟ ਸੀਰੀਜ਼ ਬਾਰੇ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਬੜਾ, ਚਲੋ ਲੋੜ ਨਹੀਂ, 94635 90346 ਇਸੇ ਟੈਸਟ ਸੀਰੀਜ਼ 'ਤੇ ਤੁਸੀਂ ਆਪਾਂ ਨੂੰ ਮੈਸੇਜ ਕਰ ਸਕਦੇ ਹੋ, ਤਾਂ ਇਹ ਬਹੁਤ ਵਧੀਆ ਇੱਕ ਓਪਰਚੁਨਿਟੀ ਹੈ ਤੁਹਾਡੇ ਕੋਲ। ਪੇਪਰ ਏ ਹੈ ਜਿਹੜਾ ਤੁਹਾਨੂੰ ਫਰੀ ਦਿੱਤਾ ਜਾਊਗਾ, ਉਹਦੇ ਅਸੀਂ ਕੋਈ ਵੀ ਚਾਰਜਸ ਨਹੀਂ, ਜਸਟ 249 ਰੁਪਏ ਦੇ ਵਿੱਚ ਤੁਸੀਂ ਹੁਣੀ ਮੈਸੇਜ ਕਰਕੇ 5 ਮਿੰਟ ਦੇ ਵਿੱਚ ਟੈਸਟ ਸੀਰੀਜ਼ ਦੇ ਵਿੱਚ ਐਨਰੋਲ ਕਰ ਸਕਦੇ ਹੋ, ਬੈਨੀਫਿਟ ਲੈ ਸਕਦੇ ਹੋ। ਸੋ ਇਹ ਸੀਗੇ 14ਵੇਂ ਚੈਪਟਰ ਸੈਲੂਲਰ ਨੈਟਵਰਕ ਦੇ ਕੁਸ਼ਚਨ। ਇਸ ਤੋਂ ਬਾਅਦ ਆਪਾਂ ਬਾਕੀ ਦੇ ਜਿਹੜੇ ਟੋਪਿਕ ਪੈਂਡਿੰਗ ਨੇ ਉਹਨਾਂ ਬਾਰੇ ਡਿਸਕਸ ਕਰਦੇ ਹਾਂ। ਸੋ ਮਿਲਦੇ ਹਾਂ ਨੈਕਸਟ ਵੀਡੀਓ ਦੇ ਵਿੱਚ, ਥੈਂਕ ਯੂ।